ਧਾਰੀ ਕਲਾਂ ਤੇ ਬਲਾਮਪੁਰ ਜਮਾਲਪੁਰ ਤੇ ਭੁੱਚੋ ਕਲਾਂ ਲੜਤੋਂ ਕਲਾਂ ਤੇ ਕੁੰਭ ਲੜਤੋਂ ਕਲਾਂ ਬੀਚ ਕੁੰਭ ਸਲੌਕੀ ਸਿੰਘਾਂ ਦੀ ਤੇ ਕੋਟ ਕੰਗੂਰ ਸੀ ਲੜਤੋਂ ਕਲਾਂ ਬੀਚ ਤੇ ਕੁੰਭ ਕਾਲਸਾ ਤੇ ਟਿੱਬਾ ਸਾਹਿਬ ਆਗਵਰ ਪਛੰਗਾ ਤੇ ਕੋਟ ਕੰਗੂਰ ਡੀ ਲੱਖਾ ਬੀਚ ਤੇ ਦਲੇਮਾ ਕਬੱਡੀ 42 ਕਿਲੋ ਸੈਕਿੰਡ ਰਾਊਂਡ ਦੀਆਂ ਸਾਰੀਆਂ ਟੀਮਾਂ ਇਹ ਗਰਾਊਂਡ 'ਚ ਆ ਜਾਣ ਬਿਨਾਂ ਇੰਤਜ਼ਾਰ ਅਸੀਂ ਕਿਸੇ ਟੀਮ ਕੱਢ ਦੇਣੀ ਆ ਜਿਹੜੀਆਂ ਵੀ ਅਸੀਂ ਟੀਮਾਂ ਅਨਾਊਂਸ ਕਰੀਆਂ ਨੇ ਕਬੱਡੀ 42 ਕਿਲੋ ਦੀਆਂ ਸਾਰੀਆਂ ਟੀਮਾਂ ਇਹ ਆਪਾਂ ਆਪਣਾ ਕੱਪੜੇ ਲੈ ਕੇ ਗਰਾਊਂਡ 'ਚ ਆ ਜਾਣ ਇੱਕ ਪਲੇਅਰ ਨੂੰ ਹੋਰ ਬੇਨਤੀ ਕਰਦੇ ਹਾਂ ਵੀ ਕੱਲ ਸਾਡੇ ਕੋਲ ਨਾ ਆ ਕੇ ਇੱਥੇ ਵਾਰ ਵਾਰ ਕਈ ਰੋਂਦੇ ਵੀ ਦੇਖੇ ਨੇ ਆ ਕੇ ਸਾਨੂੰ ਤੰਗ ਕਰੀ ਗਏ ਨੇ ਜੀ ਮੈਂ ਪਰਸੋਂ ਦੀ ਰੋਟੀ ਛੱਡੀ ਆ ਮੈਂ ਕੱਲ੍ਹ ਦੀ ਛੱਡੀ ਵੀ ਆ ਵੀ ਮੇਰਾ ਵੇਟ ਮੈਨੂੰ ਉੱਧਰ ਕੁੱਲ ਛੁੱਟ ਦਿਓ ਜਿਹਨੇ ਵੀ ਰੋਟੀ ਖਾਣੀ ਆ ਆਪਣੀ ਸਿਰਦਰਦੀ ਦੇ ਖਾਣੀ ਆ ਜੇ ਅਸੀਂ ਜੇ ਕਿਸੇ ਨੂੰ ਵੇਟ ਦਾ ਇਕਰਾਰ ਹੋਇਆ ਕੋਈ 100 ਗ੍ਰਾਮ ਦੀ ਵੀ ਛੂਟ ਨਹੀਂ ਹੈਗੀ ਇਹਨਾਂ ਨੂੰ ਫਿਰ ਅਗਰ ਦੱਸਿਆ ਨਹੀਂ 100 ਗ੍ਰਾਮ ਦੀ ਵੀ ਛੂਟ ਨਹੀਂ ਕਿਸੇ ਨੂੰ ਅਸੀਂ ਕੰਡੇ ਤੇ ਚੜਾ ਦੇਣਾ ਜਿਹਨੇ ਰੋਟੀ ਖਾਣੀ ਆਪਣੀ ਰਿਸਪੋਂਸੀਬਿਲਟੀ ਤੇ ਖਾਣੀ ਆ ਸਾਡੀ ਕੋਈ ਰਿਸਪੋਂਸੀਬਿਲਟੀ ਨਹੀਂ ਹੋਊ ਕੱਲ੍ਹ ਸਾਨੂੰ ਬਹੁਤ ਜ਼ਿਆਦਾ ਤੰਗ ਕੀਤਾ ਬੱਚਿਆਂ ਨੇ ਸਾਡੇ ਕੱਲ੍ਹ ਦੇ ਮੁਕਾਬਲੇ ਹੋਏ ਸੀ 30 ਕਿਲੋ ਦੇ ਉਹਦੇ ਵਿੱਚੋਂ ਰੌਂਤਾ ਫਸਟ ਅਤੇ ਸੈਕਿੰਡ ਬੀਲਾ ਸੀ ਅਤੇ ਥਰਡ ਪੋਜੀਸ਼ਨ 'ਤੇ ਸੀਗਾ ਆਪਣਾ ਕੋਟ ਕੰਗੂਰਾ ਹੈ ਫੋਰਥ ਪੋਜੀਸ਼ਨ ਸੀਗੀ ਆਪਣੇ ਢਹਿ ਪਈ ਦੀ ਕੱਲ੍ਹ ਇਹਨਾਂ ਚਾਰਾਂ ਟੀਮਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪੋ ਆਪਣੇ ਗੇਮ ਦਿਖਾ ਕੇ ਜੋ ਆਪਣੇ ਈਵੈਂਟ ਸੀ ਉਹਨਾਂ ਦੇ ਵਿੱਚੋਂ ਮਿਹਨਤ ਆਪਣੀ ਦੇ ਸਦਕਾ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਔਰ ਅੱਜ 42 ਕਿਲੋ 52 ਕਿਲੋ 60 ਕਿਲੋ ਅਤੇ 70 ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ ਸਾਰੇ ਪਲੇਅਰ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਹਾਕਾਂ ਨਹੀਂ ਬਹੁਤੀਆਂ ਮਾਰਨੀਆਂ ਪਲੀਜ਼ ਆਪੋ ਆਪਣੇ ਰਿਸਪੋਂਸੀਬਿਲਟੀ ਸਮਝਦੇ ਹੋਏ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਟਾਈਮ ਦੇ ਨਾਲ ਹੀ ਗਰਾਊਂਡ ਦੇ ਵਿੱਚ ਵੜ ਜਾਇਆ ਕਰੋ ਫਿਰ ਤਾਂ ਅੱਗੇ ਦੱਸਿਆ ਨੇ ਇੱਕ ਅੱਧੇ ਇਵੈਂਟ ਪਿੱਛੇ ਸੀ ਟੀਮ ਕੱਟਦੀ ਬਾਅਦ ਆ ਕੇ ਸਾਡੇ ਕੋਲ ਰੌਲਾ ਪਾਈ ਜਾਂਦੇ ਨੇ ਜੀ ਅਸੀਂ ਤਾਂ ਉੱਥੇ ਬੈਠੇ ਸੀ ਉੱਥੇ ਬੈਠੇ ਸੀ ਤੁਸੀਂ ਖੇਡਣ ਆਏ ਹੋ ਇਸ ਲਈ ਡਿਸਿਪਲਨ ਜ਼ਰੂਰੀ ਆ ਇੱਕ ਪਾਸੇ ਤਾਂ ਆਪਾਂ ਕਹਿੰਦੇ ਹਾਂ ਵੀ ਜਿਹੜੀ ਸਾਡੀ ਮਾਂ ਖੇਡ ਕਬੱਡੀ ਆ ਉਹਨੂੰ ਓਲੰਪਿਕ ਤੱਕ ਪਹੁੰਚਾਉਣਾ ਵਾ ਦੂਜੇ ਪਾਸੇ ਸਾਡੇ ਕੋਈ ਡਿਸਿਪਲਨ ਨਹੀਂ ਹੈ ਜੇ ਅਸੀਂ ਇਸ ਖੇਡ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਾ ਤਾਂ ਸਾਨੂੰ ਮਿਹਨਤ ਕਰਨੀ ਪੈਣੀ ਆ ਔਰ ਬਹੁਤ ਹੀ ਜ਼ਿਆਦਾ ਪੰਕਚਰ ਹੋਣਾ ਪੈਣਾ ਇਸ ਲਈ ਪਲੇਅਰ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੇ ਆਪ ਟਾਈਮ ਦੀ ਸ਼ੋਰਟੇਜ ਨੂੰ ਸਮਝਦੇ ਹੋਏ ਬਿਨਾਂ ਬਹੁਤਾ ਜ਼ਿਆਦਾ ਅਨਾਊਂਸ ਕਰਵਾਏ ਆਪਣੇ ਆਪ ਹੀ ਪਲੀਜ਼ ਗਰਾਊਂਡ ਦੇ ਵਿੱਚ ਆ ਜਾਇਆ ਕਰੋ ਧੰਨਵਾਦ ਜੀ ਬਹੁਤ ਬਹੁਤ ਸਰਦਾਰ ਨਾਦਰ ਸਿੰਘ ਜੀ ਸਰਦਾਰ ਮੇਜਰ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਹਰਜੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ 1,01,000 ਰੁਪਏ ਦੀ ਮਾਇਕ ਮਦਦ ਭੇਜੀ ਆ ਹੋਰ ਵੀ ਸਾਡੇ NRI ਵੀਰ ਸਾਬੀ ਕੁੰਨਰ ਬਿੱਟੂ ਸਾਹੂ ਲੱਕੀ ਕੁੰਨਰ ਰਾਜਾ ਸਵੈਦ ਗੁਰਸ਼ਰਨ ਕਨੇਡਾ ਸ਼ਰਨ ਕਨੇਡਾ ਇਹਨਾਂ ਵੱਲੋਂ ਸਾਨੂੰ ਬਹੁਤ ਹੀ ਜ਼ਿਆਦਾ ਮਦਦ ਆਈ ਆ ਅਸੀਂ ਇਹਨਾਂ ਦੇ ਧੰਨਵਾਦੀਆਂ ਵਿਸ਼ੇਸ਼ ਤੌਰ 'ਤੇ ਧੰਨਵਾਦੀਆਂ ਸੀ ਸਰਦਾਰ ਜਗਦੀਸ਼ ਸਿੰਘ ਜੀ ਕੁੰਨਰ ਜਿਨ੍ਹਾਂ ਨੇ ਇੱਕ ਬੈਂਡ ਕਲੱਬ ਲਈ ਫੈਸਲੇਟਰ ਲਈ ਜਿਹੜਾ ਆਪਣੇ ਇੱਕ ਮੋਟਰਸਾਈਕਲ ਦੇਣਾ ਹੈ ਦੂਸਰਾ ਮੋਟਰਸਾਈਕਲ ਕਾਕਾ ਜਸਰਾਜ ਸਿੰਘ ਜੀ ਸੌਰਵ ਨਰੰਗ ਸਿੰਘ ਜੀ ਜੁਕੇ ਇਹਨਾਂ ਵੱਲੋਂ ਦਿੱਤਾ ਜਾਣਾ ਧੰਨਵਾਦੀਆਂ ਅਸੀਂ ਸਰਦਾਰ ਭੁਪਿੰਦਰ ਸਿੰਘ ਜੀ ਭਾਗਤ ਆਸਟ੍ਰੇਲੀਆ ਜਿਨ੍ਹਾਂ ਨੇ ਪਹਿਲਾ ਇਨਾਮ 60,000 ਰੁਪਇਆ ਇੱਕ ਪਿੰਡ ਕਲੱਬ ਦਾ ਦੇਣਾ ਵਾ ਉਹਨਾਂ ਦੇ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਕਲੱਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਾਥ ਦਿੱਤਾ ਸਾਰੇ ਪਿੰਡ ਦੇ ਵੀਰ ਸਾਰੇ NRI ਸਾਰੇ ਗ੍ਰਾਮ ਪੰਚਾਇਤ ਸਾਰਿਆਂ ਨੇ ਧੰਨਵਾਦੀਆਂ ਸੀ ਜਿਨ੍ਹਾਂ ਨੇ ਸਾਨੂੰ ਇਹ ਖੇਡਾਂ ਸਫਲ ਕਰਾਉਣ ਦੇ ਲਈ ਸਾਡੀ ਬਹੁਤ ਹੀ ਜ਼ਿਆਦਾ ਸਹਾਇਤਾ ਕੀਤੀ ਹੈ ਜੀ ਧੰਨਵਾਦ ਸਾਰਿਆਂ ਦਾ ਜੀ ਸਨਮਾਨ ਚੰਗ ਵੀਰਾਂ ਨੇ ਸਾਡੇ ਜਸਵਿੰਦਰ ਸਿੰਘ ਉਹਨਾਂ ਵੱਲੋਂ ਸਾਨੂੰ 1,100 ਰੁਪਏ ਦੀ ਮੈਂ ਮਦਦ ਵੀ ਦਿੱਤੀ ਗਈ ਆ ਤੇ ਉਹਨਾਂ ਦੇ ਮੈਂ ਤਹਿ ਦਿਲੋਂ ਧੰਨਵਾਦੀਆਂ ਵੀ ਹਰੇਕ ਸਾਲ ਆਪਣਾ ਪਿੰਡ ਸਟੇਜ ਵਾਲੀ ਸਾਈਡ ਜਿਹੜੀ ਟੀਮ ਬੱਬੋਵਾਲ ਪਿੰਡ ਦੀ ਹੈ ਤੇ ਦੂਜੇ ਪਾਸੇ ਕਹਿੰਦੇ ਟੀਮ ਆ ਜਿਹੜੀ ਉਹ ਕੋਟ ਗੰਗੂਰਾਏ ਪਿੰਡ ਦੀ ਪਹਿਲੀ ਰੇਡ ਇਸ ਵੇਲੇ ਕਹਿੰਦੇ ਨਾਜਲ ਬੱਬੋਵਾਲ ਵਾਲਾ ਔਰ ਦੇ ਲਈ ਕਹਿੰਦੇ ਅੱਜ ਇਸ ਵੇਲੇ ਤਕੜੀਆਂ ਕਰਦਾ ਵਾਧਾ ਕਰਦਾ ਹੋਇਆ ਅਗਲੀ ਮੈਚ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਆ ਟੀਮਾਂ ਗਰਾਊਂਡ ਦੇ ਲਾ ਕੇ ਆ ਜਾਣ ਲਓ ਕੋਟ ਗੰਗੂਰਾਏ ਵਾਲਾ ਕਹਿੰਦੇ ਮੁੰਡਾ ਇਸ ਵੇਲੇ ਰੇਡ ਪਾਉਣ ਦੇ ਲਈ ਵਾਧਾ ਆਇਆ
ਇਹ ਖੇਡ ਖੇਡਾਂ ਨਾਲੋਂ ਵੱਡੀ ਜਿਹਨੂੰ ਆਖਦੇ ਕਬੱਡੀ ਇਹ ਖੇਡੀ ਜਾਂਦੀ ਲੱਗ ਗਈ ਪੂਰਾ ਸੀਨਾ ਤਾਲ ਬੰਦੂਆਂ ਵਾਲਾ ਕਹਿੰਦੇ ਨੌਜਵਾਨ ਇਸ ਵੇਲੇ ਕਹਿੰਦੇ ਰੇਡ ਪਾਉਣ ਦੇ ਲਈ ਤਿਆਰ ਹੈ ਵੀ ਵੀਰੋ ਸਾਹਮਣੇ ਦੋ ਜਾਫੀ ਹੈ ਸਾਹਮਣੇ ਕਹਿੰਦੇ ਦੋ ਸਿੰਘ ਸਾਹਮਣੇ ਕਰ ਰਹੇ ਹੈ ਉਹ ਗੰਗੂਰਾਈ ਦੀ ਟੀਮ ਖੇਡ ਰਹੀ ਹੈ ਉਹ ਸਾਹਮਣੇ ਨੌਜਵਾਨ ਇਸ ਵੇਲੇ ਬੰਦੂਆਂ ਵਾਲਾ ਹੈ ਬੰਦੂਆਂ ਵਾਲਾ ਕਹਿੰਦੇ ਤਗੜੇ ਪਾਉਂਦਾ ਵਾਧਾ ਆਪਣੀ ਟੀਮ ਕਹਿੰਦੇ ਬੰਦੂਆਂ ਵਾਲੀ ਵੀ ਕਰਦਾ ਹੋਇਆ ਉਹ ਤਾਂ ਗੰਗੂਰਾਈ ਵਾਲੀ ਦੀ ਕਹਿੰਦੇ ਰੇਡ ਹੈ ਤਿੰਨ ਜਾਫੀ ਤਿਆਰ ਹੈ ਅਗਲੀ ਮੈਚ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਉਹ ਟੀਮਾਂ ਗਰਾਊਂਡ ਵੱਲ ਆ ਜਾਣ ਲਓ ਸਾਹਮਣੇ ਇਸ ਵੇਲੇ ਕੋਟ ਗੰਗੂ ਰਾਏ ਵਾਲੀ ਦੀ ਰੇਡ ਪੈ ਰਹੀ ਹੈ ਤਿੰਨ ਜਾਫੀ ਹੁਣ ਕਿਹੜਾ ਕਹਿੰਦੇ ਪੂਰੇ ਹੋ ਗਏ ਕਰੂ ਟਾਈ ਇਹਦੇ ਸਮੇਂ ਦੀ ਗੱਲ ਹੋਣੀ ਹੈ ਲਓ ਸਾਹਮਣੇ ਰੇਡ ਕਹਿੰਦੇ ਕੋਟ ਗੰਗੂ ਰਾਏ ਵਾਲੀ ਦੀ ਇਸ ਵੇਲੇ ਬੰਦੂਆਂ ਵਾਲਾ ਕਹਿੰਦੇ ਕਰਦਾ ਹੈ ਜੱਦੂ ਜਹਿਰ ਕੈਂਚੀ ਭੱਜ ਗਈ ਹੈ ਬਾਕੀ ਕਹਿੰਦੇ ਦੇਖਾਂਗੇ ਕੀ ਫੈਸਲੇ ਹੋਣਗੇ ਜਾਫੀ ਕਹਿੰਦੇ ਦੋ ਹੈ ਕੋਟ ਗੰਗੂ ਰਾਏ ਤਿੰਨ ਕਰ ਲਿਆ ਜਾਫੀ ਕਹਿੰਦੀ ਲਓ ਸਾਹਮਣੇ ਕਹਿੰਦੇ ਕੋਟ ਗੰਗੂ ਰਾਏ ਵਾਲੀ ਤਿੰਨ ਜਾਫੀਆਂ ਦੇ ਵਿੱਚੋਂ ਇਸ ਵੇਲੇ ਸਿੰਘ ਦੀ ਟਾਈ ਹੈ ਬੰਦੂਆਂ ਵਾਲਾ ਕਹਿੰਦੇ ਪੂਰੇ ਹੋ ਗਏ ਬਾਕੀ ਕਹਿੰਦੇ ਜੋਰ ਲਓ ਸਰਦਾਰ ਰੇਡ ਮਾਰਿਆ ਲਓ ਸਾਹਮਣੇ ਕਹਿੰਦੇ ਬੰਦੂਆਂ ਵਾਲਾ ਬਾਕੀ ਕਹਿੰਦੇ ਬੰਦੂਆਂ ਦੀ ਟੀਮ ਦੇ ਖਿਡਾਰੀ ਬੱਲੇ ਬੱਲੇ ਘਰਾ ਰਿਹਾ ਦੁਨੀਆ ਪੰਜਾਬੀ ਲਾਈਵ ਟੀਵੀ ਦੇ ਜ਼ਰੀਏ ਅੱਜ ਦੇ ਕਹਿੰਦੇ ਮੇਲੇ ਦਾ ਮੈਚ ਦੱਸ ਦਿੱਤਾ ਜਾਵੇ ਉਹ ਟੀਮਾਂ ਵੀ ਆਪਾਂ ਗਰਾਊਂਡ ਚ ਸੱਦ ਲਵਾਂਗੇ ਲਓ ਸਾਹਮਣੇ ਇਸ ਵੇਲੇ ਨਾਲੀਆਂ ਰੇਡ ਮਾਰਿਆ ਬੰਦੂਆਂ ਦੀ ਧਰਤੀ ਦਾ ਕਦੀ ਕੋਟ ਗੰਗੂ ਰਾਏ ਵਾਲੇ ਜੱਫਾ ਲਾਉਣਾ ਪੈਣਾ ਹੈ ਸਾਹਮਣੇ ਕਹਿੰਦੇ ਦੇਖਾਂਗੇ ਇਸ ਵੇਲੇ ਪਗਲੇ ਪਤੰਗ ਜੇ ਸਰੀਰ ਵਾਲਾ ਖੜਾਈ ਕਰਦਾ ਟਾਈ ਪਰ ਮੈਚ ਜਿਹੜਾ ਬੰਦੂਆਂ ਦੀ ਟੀਮ ਲਈ ਜੁੜਦਾ ਹੋਇਆ ਬੰਦੂਆਂ ਦੀ ਟੀਮ ਲਈ ਇਸ ਵੇਲੇ ਇੱਕ ਹੋਰ ਪਣ ਦਾ ਵਾਧਾ ਹੋ ਚੁੱਕਿਆ ਲਓ ਸਾਹਮਣੇ ਰੇਡ ਪਾਉਣ ਦੇ ਲਈ ਇਸ ਵੇਲੇ ਕੋਟ ਗੰਗੂ ਰਾਏ ਵਾਲਾ ਪਰ ਬੰਦੂਆਂ ਦੀ ਟੀਮ ਦਾ ਖੜਾਈ ਕਹਿੰਦੇ ਤੀਜਾ ਲਗਾਤਾਰ ਜੱਫਾ ਲਾ ਚੁੱਕਿਆ ਲਓ ਸਾਹਮਣੇ ਕਹਿੰਦੇ ਇੱਕ ਸੋਹਣੀ ਟਰਾਈ ਹੈ ਬੰਦੂਆਂ ਦੀ ਟੀਮ ਆਇਓ ਵਾਲਿਓ ਪਾਣੀ ਸਿਰ ਤੋਂ ਲੰਘਦਾ ਜਾਂਦਾ ਬਾਕੀ ਉਹਦੇ ਜੱਫੇ ਲਾਉਣੇ ਪੈਣੇ ਹੈ ਲਓ ਖੜਾਈ ਵੀ ਕਹਿੰਦੇ ਰੇਡ ਪੈ ਗਈ ਹੈ ਕਿ ਜਦ ਪੈਰ ਪੁੱਟਣ ਗੱਭਰੂ ਧਰਤੀ ਹਿਲਦੀ ਧਰਤੀ ਹਿਲਦੀ ਇਹ ਖੇਡ ਤਾਕਤਾਂ ਦੀ ਗਰਾਊਂਡ ਮੇਰੀ ਬੇਨਤੀ ਹੈ ਕਲੀਅਰ ਕੀਤਾ ਜਾਵੇ ਕਿਉਂਕਿ ਪੰਜਾਬੀ ਲਾਈਵ ਟੀਵੀ ਦੇ ਜ਼ਰੀਏ ਦੁਨੀਆ ਭਰ ਦੇ ਵਿੱਚ ਜਿਹੜਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਨੇ ਬਰਾਬਰ ਹੁੰਦੇ ਜਾਂਦੇ ਆ ਇੱਕ ਦੂਜੇ ਪਾਣ ਦਾ ਫਰਕ ਹੈ ਇਸ ਵੇਲੇ ਰੇਡ ਕਹਿੰਦੇ ਬੰਦੂਆਂ ਵਾਲੀ ਦੀ ਪੈ ਰਹੀ ਹੈ ਲਓ ਸਾਹਮਣੇ ਕੋਟ ਗੰਗੂ ਰਾਏ ਵਾਲਾ ਜਿਹਨੇ ਫੇਲ ਟਰਾਈ ਕੀਤੀ ਹੈ ਪਰ ਬੰਦੂਆਂ ਵਾਲਾ ਕਹਿੰਦੇ ਲਾ ਲਾ ਕੇ ਮਾਰਦਾ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਲਈ ਜੁੜਦਾ ਹੋਇਆ ਲਓ ਸਾਹਮਣੇ ਕੋਟ ਗੰਗੂ ਰਾਏ ਵਾਲਾ ਅੱਜ ਕਹਿੰਦੇ ਕੋਟ ਗੰਗੂ ਰਾਏ ਪਹਿਲਾਂ ਜਿਹਨੇ ਲੁਧਿਆਣੇ ਦੀ ਬੁੱਕਲ ਦੇ ਵਿੱਚ ਬਾਕੀ ਕਹਿੰਦੇ ਬਸਿਆ ਨਗਰ ਹੈ ਲਓ ਰੇਡ ਕਹਿੰਦੇ ਪੈ ਗਈ ਦੇਖਾਂਗੇ ਤਿੰਨ ਜਾਫੀਆਂ ਚੋਂ ਬੰਦੂਆਂ ਵਾਲਾ ਫੇਰ ਕਰਾਊ ਬੱਲੇ 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 ਹੋ ਗਈ ਮੇਰੇ ਬੰਦੂ ਲੱਗੇ ਆਇਆ ਜਿਹੜਾ ਅਗਲਾ ਮੈਚ ਹੈ ਟੀਮਾਂ ਦਾ ਉਹ ਟੀਮਾਂ ਗਰਾਊਂਡ ਦੇ ਲਾ ਕੇ ਰਹਿਣ ਲਓ ਸਾਹਮਣੇ ਰੇਡ ਪਾਉਣ ਦੇ ਲਈ ਇਸ ਵੇਲੇ ਬੰਦੂਆਂ ਵਾਲਾ ਵਾਧਾ ਆਇਆ ਵਧੇਗਾ ਜਾਂ ਕੀ ਗੱਲਾਂ ਹੋਣਗੀਆਂ ਪਰ ਮੈਚ ਜਿਹੜਾ ਸਮਾਪਤੀ ਵਾਲਾ ਸਲਾਨਾ ਜਿਹੜੀ ਓਲੰਪਿਕ ਖੇਡ ਮੇਲਾ ਦੂਜਾ ਦਿਨ ਹੈ ਕਬੱਡੀ ਬਜਰੀ ਵਰਗ ਦੇ ਜਿਹੜੇ ਮੈਚ ਜਿਹੜੇ ਖੇਡੇ ਜਾ ਰਹੇ ਆ ਮੇਰੀ ਬੇਨਤੀ ਅਗਲੀ ਮੈਚ ਦੀਆਂ ਟੀਮਾਂ ਨੂੰ ਗਰਾਊਂਡ ਦੇ ਵਿੱਚ ਆ ਜਾਣ ਅੱਜ ਦੇ ਮੇਲੇ ਦੀ ਗੱਲਾਂ ਹੋ ਰਹੀਆਂ ਪ੍ਰਧਾਨ ਜਗਜੀਤ ਕੁੰਡਰ ਹੋਣੀ ਜਿਹਨਾਂ ਵੱਲੀ ਇਸੇ ਕੰਮ ਦਾ ਕਹਿੰਦੇ ਗੱਲਾਂ ਕਹਿੰਦੇ ਪ੍ਰਧਾਨਗੀ ਦੀਆਂ ਹੋਈਆਂ ਨਾਲ ਕਹਿੰਦੇ ਨਰੰਗ ਜੋਗੇ ਵੱਲੀਓ ਮੋਟਰਸਾਈਕਲ ਦਿੱਤਾ ਜਾਣਾ ਹੈ ਭਵਿੰਦਰ ਸਿੰਘ ਜੀ ਸਾਡੇ ਭਗਤ ਜੀ ਆਸਟ੍ਰੇਲੀਆ ਦੇ ਵਿੱਚ ਬੈਠੇ ਜਿਹਨਾਂ ਵੱਲੀਓ ਇਸੇ ਕੰਮ ਦਾ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਮੇਰੀ ਬੇਨਤੀ ਹੈ ਟੀਮਾਂ ਗਰਾਊਂਡ ਜਾ ਜਾਣ ਜੀ ਟੀਮਾਂ ਨੂੰ ਸਾਡੀ ਬੇਨਤੀ ਹੈ ਜਮਾਲਪੁਰ ਦੀ ਟੀਮ ਤੇ ਨਾਲ ਵਾਲੀ ਟੀਮ ਦੋਵੇਂ ਟੀਮਾਂ ਗਰਾਊਂਡ ਵਿੱਚ ਆ ਜਾਣ ਅੱਜ ਦਾ ਮੇਲਾ ਕਹਿੰਦੇ ਪੰਜਾਬੀ ਲਾਈਵ ਟੀਵੀ ਦੀ ਜਿਹੜੀ ਦੁਨੀਆ ਭਰ ਦੇ ਵਿੱਚ ਜਿਹੜਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਸਾਡਾ ਭਰਾ ਹੀ ਕਹਿੰਦੇ ਗੁਰਸ਼ਰਨ ਗੁੰਨਰ ਵਿੱਚ ਕਨੇਡਾ ਨੇ ਬੈਠਾ ਉਹ ਵੀ ਅੱਜ ਦੇ ਮੇਲੇ ਨੂੰ ਲਾਈਵ ਦੇਖ ਰਿਹਾ ਬਾਅਦ ਵਾਰ ਧੰਨਵਾਦ ਸਾਡੇ ਐਨ ਆਰ ਆਈ ਭਰਾਵਾਂ ਦਾ ਇੱਕ ਟੀਮ ਗਰਾਊਂਡ ਦੇ ਵਿੱਚ ਕਰ ਲਈ ਆਪਾਂ ਸਟੇਜ ਦੇ ਉੱਤੇ ਉਹ ਪਲੇਅਰ ਦਾ ਪੇਟ ਜਿਹੜਾ ਵੱਧ ਸੀ ਕੋਟ ਗੰਗੂ ਰਾਏ ਦੀ ਟੀਮ ਉਹ ਮੈਚ ਦੀ ਜੇਤੂ ਰਹੀ ਹੈ ਹਾਂਜੀ ਸਾਡੀ ਜਾਣ ਲੜ ਤੋਂ ਕਲਾਂ ਦੇ ਨਾਲ ਵੀ ਬੇਨਤੀ ਹੈ ਕੁੰਭ ਦੀਆਂ ਟੀਮਾਂ ਦਾ ਅਗਲਾ ਮੈਚ ਹੋਣਾ ਕੋਟ ਗੰਗੂ ਰਾਏ ਦੀ ਟੀਮ ਵੀ ਆ ਗਈ ਹੈ ਮੈਚ ਕਹਿੰਦੇ ਪਿੰਡ ਦੀ ਟੀਮ ਦਾ ਸਟੈਂਡੀ ਮਾਮ ਕਹਿੰਦੇ ਸਲੌਦੀ ਸਿੰਘਾਵਰ ਦਾ ਪਿੰਡ ਹੈ ਸਲੌਦੀ ਦੀ ਟੀਮ ਨਾਲ ਖੇਡਿਆ ਜਾਣਾ ਮੇਰੀ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਅੰਦਰ ਗੱਲਾਂ ਹੋਣਗੀਆਂ ਕੋਟ ਗੰਗੂ ਰਾਏ ਤੇ ਸਲੌਦੀ ਸਿੰਘਾਂ ਇਹ ਮੈਚ ਜਿਹੜਾ ਗਰਾਊਂਡ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ
लो सामने मैच जरा शुरू हो चुका। पहली रीड सुनी नौजन के सराउदी वाला अपनी टीम के लिए पहला डेढ़ अंक जोड़ता हो। अगली रेड के बुराई वाला पा रहा है। टीम लास्ट एक मिनट दे दो, लास्ट एक मिनट वेट करके टीम कर दो। जे लातो की टीम नहीं पुजती लास्ट एक मिनट दे दो। लो सामने इस वे रेड कितने कोटक गुराए वाला भा रहा है। सरौदी वाला कि नवजन ट्राई कर रहा है। लो सामने देखा पॉइंट जरा कोट गंगू राय जी निकली एक जोरदार ताली मार दो बड़े ने एक तगड़ा पॉइंट जोड़ दो। सामने तीन आजादी कहते कोट गंगू राय मिल रही टीम की है। इस टीम जी कटी गई है ग्राउंड च नहीं आई तो दूजी टीम को पाए है वह मैच विचों जेतू है। बेहतर रख लियो अपना टीम। अगली मैच दीम बी ग्राउंड वाली जरूर दसिया जा जी कि ने लखा बी दलेमे दीमां मेरी बेनती है। बलेमे की टीम ग्राउंड है लखे की टीम आ गई। लखा लखे की टीम आ जाए लखे की टीम साड़ी बेनती है। लाओ सामने कोट गंगू राय वाले कहने नौजवान की रेड है सरौदी वाला इस वे कहने ला तकड़ा जाफी टीम आ गई हाथ तकड़ा कर दिन प्लेयर लखा लखे की टीम भी आ गई बलेमे की टीम भी आ गई है। टीमों का मैच जरा शुरू करावे। लो सामने इस वे कहते नौजवान रेड मारे सलौदी वाला पर सामने कोट गंगू राय वाला चढ़ती बरेस वाला खिलाड़ी ट्राई कर रहा पान जरा सलौदी की टीम के लिए जुड़ता हो। अगला मैच कालसा टिब्बा दी टीमों मेरी बेनती है वो टीम भी ग्राउंड के लागे आ जा। लो सामने रेड कहते कोट गंगू राय वाले जी कहते भैरी है मेरी वीरो। सामने जाफी भी कहते एक लाई है ते रेडर ने कहते रेड पा दी है। सरौदी वाला हुण लाऊ तकड़ा जफा जा नहीं गल समय की है। लाओ पॉइंट देखा कि जुड़ेगा सरौदी वाला कहते ट्राई कर रहा है। लाओ इस वे कहते पॉइंट जरा सरौदी की टीम लिए जुड़ जाएगा। आप पॉइंट भी कहते फुल पैर शरीर के जेडे लाते मेहनत उठ गए के धन जोर जवाना का लैजन भरिया मेला लुट गए के अड़ियन घोड़े ने करशी जाते ने मनमानी के राजे खेले हट पासे के लुटियां पाउंदी फिरे जवानी की राजे खेली हट पासे के लुटियां पाउंदी फिरे जवानी। कोट गंगू राय पिंड के कहते मेले की गल दुनिया भर के दम है। लाओ सामने कहते फेर रेड के उत्ते कहते जाफी फेर सरौदी वाला हुण कहो बल्ले बल्ले जा फिर नहीं। लाओ कहते लक फड़ लिया मुंडे ने बाकी कहते जा फिर मैच समाप्त है। आ मैच विचों सरौदी की टीम जीतू रही है। अगला मैच गंगा की टीम भी जुड़ता हो गंगा वाला कहते ना तकड़ा जुटा पॉइंट का वाधा करना हो। मेरी बेटी शेर खां वाला काला वाला छापा नहीं इस वे टीम के लिए जुड़ गया। शेर खां वाला जुड़ गया अपनी टीम के लिए। लो कहते जिले मानसे वाला मुंडा कहते अपनी टीम लिए पॉइंट का वाधा कर गया है। अगली रेड से जाफी फेर इस वे कहते ट्राई करता है पर कोट छापे वाला इस वे कहते एक तकड़े अंक का वाधा करता रहा है। मेरी बेटी कबड्डी 42 किलो के प्लेयर है ए नंबर के जेडे मैच ने सारे प्लेयर नोट करना। गोपाल कपूरथले का मैच जरा होना कोट गंगू राय की बी टीम। लाओ सामने फेर हुए कोट छापे वाला यह कहते बारू कोट छापे की धरती का। लाओ कहते दो नंबर भाई सामने कहते देखा कि एक वधिया नंबर कहते कोट छापे की टीम के लिए जुड़ता आया। मेरी बेटी उधरों कबड्डी 42 किलो दीम कोट गंगू राय बी वर्ष जो गोपा राय कपूरथले दीम आ जाए कबड्डी 42 किलो का जोड़ा मैच होना है। मेरी बेनती है लाओ सामने इस वे रेड पै रही है शेर खां की टीम लियो। शेर खां वाला कहते रेड पा रहा तीन आफी कहते छापे की टीम ने तैयार है हूं कहते कौन बद गए लो जफा। लाओ सामने इस वे यह कहते मेटू कोट छापे वाला एक जोरदार ताली मार दो बड़े दे बाकी कहते मुंडा कमाल कमाल पर कहते पॉइंट रेडर नहीं जोड़ दिता। मैच कहते पूरा खड़के दड़के वाला है इस वे रेड पाने लिए मुंडा कहते बधाया है मेरी वीरो कोट छापे की धरती का। लाओ चार जाफी है इस वे कहते एक दे ट्राई है पॉइंट जरा कोट छापे की टीम के लिए जुड़ता है।
ਦੋਵੇਂ ਟੀਮਾਂ ਦੇ ਸਪੋਰਟਾਂ ਦਾ ਜ਼ੋਰ ਲੱਗਿਆ ਪਿਆ। ਕਬੱਡੀ 42 ਕਿਲੋ ਦੀਆਂ ਟੀਮਾਂ ਨੂੰ ਮੇਰੀ ਬੇਨਤੀ, ਕੋਟ ਕਪੂਰਾ ਵੀ ਤੇ ਬੋਪਾ ਰਾਏ ਕਪੂਰਥਲਾ, ਇਹ ਮੈਚ ਜਿਹੜਾ ਹੋਣਾ ਇਹ ਟੀਮਾਂ ਗਰਾਊਂਡ ਦੇ ਲਾਗੇ ਆ ਜਾਣ। ਲਓ ਸਾਹਮਣੇ ਇਸ ਵੇਲੇ ਨਵਜਨ ਰੇਡ ਭਾ ਰਹੇ ਮੇਰੇ ਵੀਰੋ, ਸ਼ੇਰ ਖਾਂ ਦੀ ਧਰਤੀ ਦਾ 3-8 ਤਿਆਰ ਹੈ। ਲਓ ਸੈਂਟਰ ਦੇ ਵਿੱਚੋਂ ਕੀਤੀ ਟਰਾਈ, ਸਾਹਮਣੇ ਕਹਿੰਦੇ ਕੀ ਇਸ਼ਾਰੇ ਹੋਣਗੇ, ਉਹਦੇ ਸਮਾਂ ਦੱਸੂ ਵੀ ਪੁਆਇੰਟ ਜਿਹੜਾ ਉਹ ਰੇਡਰ ਦੇ ਬਾਈ ਕੋਟ ਗੰਗੂਰਾ ਦੀ ਬੀ ਟੀਮ ਕਿੱਥਿਆ, ਕੋਟ ਗੰਗੂਰਾ ਦੀ ਬੀ ਟੀਮ ਆ ਗਈ ਹੈ ਜੀ। ਲਓ ਸਾਹਮਣੇ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ, ਉਧਰੋਂ ਬਹੁਤ ਬਹੁਤ ਧੰਨਵਾਦ 72ਵੀਆਂ ਕਹਿੰਦੇ ਸਲਾਨਾ ਖੇਡ ਮੇਲਾ ਪਿੰਡ ਕੋਟ ਗੰਗੂ ਰਾਏ ਦੀਆਂ। ਅਗਲੇ ਮੈਚ ਦੇ ਲਈ ਪਹਿਲਾਂ ਪਲੇਅਰ ਆ ਜਾਣ ਜੀ। ਅਗਲਾ ਮੈਚ ਜਿਹੜਾ ਕਬੱਡੀ 42 ਕਿਲੋ ਦਾ, ਲਿਆਰੀ ਖੁਰਦ ਤੇ ਦਲੇਮਾ, ਇਹ ਪਲੇਅਰ ਆ ਜਾਣ ਅੱਜ ਦੇ ਕਹਿੰਦੇ ਕੱਪ ਦੇ ਲਈ। ਵੱਡੇ ਯੋਗਦਾਨ ਹੈ ਮੇਰੀ ਵੀਰੋ ਸਰਦਾਰ ਨਾਜਰ ਸਿੰਘ ਜੀ, ਜਿਹਨਾਂ ਬੰਦਿਓ ਕਹਿੰਦੇ ਇਸੇ ਕੰਮ ਦੇ ਲਈ ਕਹਿੰਦੇ 1 ਲੱਖ ਰੁਪਏ ਦੇ ਵੱਡੇ ਯੋਗਦਾਨ ਆਏ ਹੈ ਅੱਜ ਦੇ ਕਹਿੰਦੇ ਮੇਲੇ ਦੇ ਲਈ। ਸਾਰੇ ਭਰਾਵਾਂ ਦਾ ਅਸੀਂ ਵੱਡਾ ਧੰਨਵਾਦ ਕਰਾਂਗੇ। ਲਿਆਰੀ ਖੁਰਦ ਤੇ ਮੇਰੀ ਬੇਨਤੀ ਦਲੇਮਾ, ਉਹ ਵੀ ਟੀਮਾਂ ਜ਼ਰੂਰ ਗਰਾਊਂਡ ਵੱਲ ਆ ਜਾਣ। ਕਬੱਡੀ 75 ਕਿਲੋ ਦੇ ਕਹਿੰਦੇ ਦਰੇੜਾ ਤੇ ਨਾਲ ਕਹਿੰਦੇ ਕਬੱਡੀ 70 ਕਿਲੋ ਦੀਆਂ ਜਿਹੜੇ ਬੈਸਟ ਰੇਡਰ ਦੇ ਜਾਫੀ ਹੋਣਗੇ ਉਹਨਾਂ ਨੂੰ ਕਹਿੰਦੇ ਐਲਈਡੀਆਂ ਦਿੱਤੀਆਂ ਜਾਣਗੀਆਂ। ਪ੍ਰਧਾਨ ਜਗਦੀਸ਼ ਸਿੰਘ ਕੋਲਰ ਜੀ ਉਹਨਾਂ ਵੱਲੋਂ ਇੱਕ ਐਲਈਡੀ ਦਿੱਤੀ ਜਾਣੀ ਹੈ ਤੇ ਜਗਰੂਪ ਕੋਲਰ ਜੂਪਾ ਸਾਡਾ ਵੀਰ ਉਹਦੇ ਵੱਲੋਂ ਵੀ ਕਹਿੰਦੇ ਐਲਈਡੀ ਜਿਹੜੀ ਦਿੱਤੀ ਜਾਣੀ ਹੈ ਤੇ ਗੁਰਸ਼ਰਨ ਸਾਡਾ ਵੀਰ। ਅਸੀਂ ਸਾਰੇ ਭਰਾਵਾਂ ਦਾ ਧੰਨਵਾਦ ਕਰਾਂਗੇ, ਪਰ ਮੇਰੀ ਬੇਟੀ ਦਲੇਮਾ ਤੇ ਇਆਲੀ ਖੁਰਦ ਇਹ ਟੀਮਾਂ ਆ ਜਾਣ। ਲਓ ਸਾਹਮਣੇ ਇਸ ਲਈ ਪੁਆਇੰਟ ਜਿਹੜਾ ਕੋਟ ਗੰਗੂ ਰਾਏ ਦੀ ਟੀਮ ਦੇ ਲਈ ਜੁੜਦਾ ਹੋਇਆ ਇਆਲੀ ਖੁਰਦ ਦਾ ਮੈਚ ਹੋਣਾ ਜੀ। ਮੇਰੀ ਬੇਟੀ ਦਲੇਮੀ ਦੀ ਟੀਮ ਜਿਹੜੇ ਮਾਨਸੀ ਦੀ ਟੀਮ ਹੈ ਇਹ ਟੀਮਾਂ ਆ ਜਾਣ। ਉਧਰੋਂ ਬਹੁਤ ਬਹੁਤ ਧੰਨਵਾਦ ਕਾਕਾ ਜਸਰਾਜ ਸਿੰਘ ਜੀ, ਸਨ ਆਫ ਸਰਦਾਰ ਬਲੰਗ ਸਿੰਘ ਜੀ ਜੋਕੇ, ਜਿਹਨਾਂ ਵੱਲੋਂ ਕਹਿੰਦੇ 32,000 ਰੁਪਏ ਦੇ ਕਹਿੰਦੇ ਵੱਡੇ ਯੋਗਦਾਨ ਆਏ ਮੇਰੀ ਵੀਰੋ। ਨਾਲ ਕਹਿੰਦੇ ਸਰਦਾਰ ਭੁਪਿੰਦਰ ਸਿੰਘ ਜੀ ਭਗਤ ਆਸਟ੍ਰੇਲੀਆ, ਜਿਹਨਾਂ ਵੱਲੋਂ ਉਧਰੋਂ ਬੈਸਟ ਰੇਡਰ ਦੇ ਯਾਫੀ ਲਈ ਇੱਥੇ ਮੋਟਰਸਾਈਕਲ ਸਾਡੇ ਦੋਵਾਂ ਭਰਾਵਾਂ ਵੱਲੋਂ ਸਰਦਾਰ ਪ੍ਰਧਾਨ ਨੇ ਇਸੇ ਪੈਲਸਾਈਕਲ ਤੇ ਨਾਲ ਡਾਕਟਰ ਸੋਹਣ ਸਿੰਘ ਕੋਨਰ ਕੈਨੇਡਾ। ਸਾਡ ਵਾਲੇ ਬਾਈ ਨੂੰ ਬੇਨਤੀ ਹੈ ਥੋੜੀ ਬਾਅਦ ਸੈੱਟ ਕਰ ਦੇਵੇ ਸਾਡਾ ਵੀਰ। ਨਾਥੇਆਲ ਦੀ ਟੀਮ ਜਿਹੜੀ ਜੇਤੂ ਰਹੀ ਹੈ ਜੀ ਬੀ ਗਰਾਊਂਡ ਦੇ ਵਿੱਚੋਂ ਨਾਥੇਆਲ ਦੀ ਟੀਮ ਆ। ਵੇਟ ਕਰੇ ਵੀਰੇ ਕੇ ਦਾ ਕੀ ਰਿਜ਼ਲਟ ਆ ਵੀਰੇ, ਗਰਾਊਂਡ ਤੇ ਐਕਸਟਰਾ, ਚਲੋ ਬਾਹਰ ਯਾਰ ਬਾਹਰ ਆ ਜਾਣ, ਹੱਥ ਬੰਨ ਕੇ ਬੇਨਤੀ ਹੈ ਜੀ। ਲਓ ਪਹਿਲੀ ਰੇਡ ਇਸ ਵੇਲੇ ਪੈ ਗਈ ਤੇ ਆ ਦੌੜ, ਇਹ ਕਹਿੰਦੇ ਅਕਬਰਪਾ ਛੰਨਾ ਦੀ ਧਰਤੀ ਦਾ ਕਹਿੰਦੇ ਭਾਜੀ ਇਸ ਵੇਲੇ ਕਹਿੰਦੇ ਲਾਊ ਤਕੜਾ ਜੱਪਾ, ਓਏ ਬੱਲੇ 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 ਦੇਖੋ ਕਹਿੰਦੇ ਮੁੰਡਾ ਕਹਿੰਦੇ ਕਮਾਲ ਕਰ ਗਿਆ। ਬਾਕੀ ਕਹਿੰਦੇ ਛੰਨਾ ਵਾਲਾ ਭਾਜੀ ਰੇਡ ਤੇ ਲਹਾਰੇ ਦਾ ਸਾਡਾ ਵੀਰ ਮੈਨੇ ਜਿਹੜੇ ਕੋਟ ਗੰਗੂ ਰਹਿ ਦੀਆਂ ਗਰਾਊਂਡ ਦੇ ਵਿੱਚ ਹਰ ਇੱਕ ਸਾਲ ਜਗਤਾਰ ਬਾਈ ਪਹਿਲਾਂ ਗਰਾਊਂਡ ਕੀ ਜਿਹਾ ਕਰਾ ਦੀਏ ਲਾਈਵ ਚੱਲ ਰਹੇ ਆ ਬਾਈ, ਜਿਹੜੇ ਐਕਟਰਾ ਉਹ ਥੱਲੇ ਬਹਿਣ ਖੇਡਣ ਤੋਂ। ਤਿੰਨ ਖਿਡਾਰੀ ਹੁਣ ਦੇਖਦਾ ਵੀ ਕਿਹੜਾ ਟੱਚ ਕਰਦਾ, ਆ ਮੁੰਡੇ ਨੇ ਬੜੀ ਕੋਸ਼ਿਸ਼ ਕੀਤੀ ਆਪਣੀ ਟੀਮ ਦੇ ਹੱਕ ਦੇ ਵਿੱਚ ਜੋੜਦਾ ਬਾਈ ਤਾੜੀਆਂ, ਟੱਚ ਦਾ ਟੱਪ ਦਾ ਪੁਆਇੰਟ ਆਪਣੀ ਟੀਮ ਦੇ ਲਈ ਖੁੱਟ ਗੰਗੂ ਰਾਏ ਦੇ ਲਈ ਜੋੜਦਾ ਪਿਆ। ਉਧਰੋਂ ਸਾਹਮਣੇ ਪਾਕੀ ਪੜਾਕੀ ਪਈ ਆਉਂਦੇ ਆ, ਲਓ ਸਾਹਮਣੇ ਕਹਿੰਦੇ ਉਧਰ ਵੀ ਪੜਾਕੀ ਪਈ ਆਉਂਦੇ ਆ ਉਧਰ ਵੀ ਰੈਫਰੀ ਦਾ ਜਿਹੜਾ ਫੈਸਲਾ ਬਾਈ ਜੀ ਟੱਲ ਹੁੰਦਾ ਬਾਈ ਕੁੰਭ ਦੇ ਕਾਰਸਾ ਇਹ ਬੀ ਨੰਬਰ ਗਰਾਊਂਡ ਦੇ ਵਿੱਚ ਸੋਰੀ ਏ ਨੰਬਰ ਗਰਾਊਂਡ ਜਾ ਰਹੇ ਭਾਈ ਬਗਦਾਦ ਦਾ ਜੋਧਾ ਨਾਲ ਮੈਚ ਅੱਠਵਾਂ ਮੈਚ ਲਿਖਿਆ ਜੀ ਉਰੇ ਠੀਕ ਆ ਗਰਾਊਂਡ ਜੀ ਪਹਿਲਾਂ ਏ ਗਰਾਊਂਡ ਦੇ ਵਿੱਚ ਆਹ ਮੈਚ ਤੋਂ ਬਾਅਦ ਕਰਾ ਦਿੰਦੇ ਹਾਂ ਠੀਕ ਆ ਗਰਾਊਂਡ ਪਹਿਲਾਂ ਠੀਕ ਆ ਜੀ ਠੀਕ ਆ ਭਾਈ ਬਗਦਾਦ ਦੇ ਜੋਧਾ ਇਹ ਮੈਚ ਹੋਣਾ ਆਹ ਮੈਚ ਤੋਂ ਬਾਅਦ ਸਾਹਮਣੇ ਕੋਲ ਛੰਨਾ ਵਾਲਾ ਭਾਜੀ ਤੇ ਕੋਟ ਗੰਗੂਰਾਏ ਵਾਲਾ ਸਾਹਮਣੇ ਕਹਿੰਦੇ ਦੇਖਿਆ ਜੀ। ਵੀਰਾਂ ਨੂੰ ਬੇਨਤੀ ਆ ਜਿਹੜੇ ਇਸ ਗਰਾਊਂਡ ਦੇ ਵਿੱਚ ਐਕਸਟਰਾ ਖੜੇ ਨੇ ਵੀਰਾਂ ਨੂੰ ਬੇਨਤੀ ਆ ਬਈ ਤੁਸੀਂ ਗਰਾਊਂਡ ਦੇ ਨਾਲ ਛੰਨਾ ਵਾਲਾ ਕਹਿੰਦੇ ਰੇਡ ਉਹਦੇ ਸਾਹਮਣੇ ਕਹਿੰਦੇ ਦੇਖਾਂਗੇ ਕੀ ਸਾਰੇ ਹੋਣਗੇ ਵੀ ਪੁਆਇੰਟ ਚੱਕ ਰਾਮ ਸਿੰਘ ਵਾਲੀ ਦੀ ਟੀਮ ਦੇ ਲਈ ਟੀਮ ਨੇ
ਚੱਲ ਜੇਤੂ ਨਹੀਂ ਹਾਂਜੀ ਹਾਂਜੀ ਕੋਈ ਕਾਰਨ ਦਾ
ਕੁੰਭ ਦੀ ਕਾਰਸਾਨਾ ਮੈਚ ਆ ਰਿਹਾ ਜੀ। ਇੱਕ ਭਾਈ ਬਖਤੌਰ ਸਿੰਘ ਜੇਤੂ ਹੋਈ ਆ ਜੀ, ਭਾਈ ਬਖਤੌਰ ਸਿੰਘ ਜੁੱਤਾ ਦਾ ਮੈਚ ਸੀਗਾ ਜੀ ਏ ਗਰਾਊਂਡ 'ਚ ਜੀ। ਹਾਂਜੀ ਹਾਂਜੀ ਡੀ ਗਰਾਊਂਡ ਦੇ ਵਿੱਚ ਬਾਈ ਜੀ ਕੋਟ ਗੰਗੂ ਰਹਿ ਸੀ ਤੇ ਹਮੀਰੇਵਾਲ ਟੈਪਈ ਟੀਮਾਂ ਦੇ ਵਿੱਚ ਮੈਚ ਖਾਣੀ ਵਾਲਾ ਨੋਨੀ ਕਠਵਾੜੀ ਵਾਲਾ ਕਬੱਡੀ ਦਾ ਉਹ ਮਹਾਨ ਬੁਲਾਰਾ ਸਾਡਾ ਵੀਰ ਹੈ ਨੋਨੀ ਸਾਡਾ ਬੜਾ ਪਿਆਰਾ ਵੀਰ ਹੈ। ਮੈਂ ਵੀ ਨੋਨੀ ਬਾਈ ਆ ਜੀ ਗਰਾਊਂਡ ਵੱਲ ਨੋਨੀ ਕਠਾਲੇ ਵਾਲਾ ਇਹਦਾ ਮੈਗ ਦੇ ਸਾਂਝ ਪਾਵੇਗਾ ਉਧਰੋਂ ਬਹੁਤ ਬਹੁਤ ਧੰਨਵਾਦ ਸਰਦਾਰ ਬਲਜੀਤ ਸਿੰਘ ਜੀ ਕਨੇਡਾ ਜਿਹਨਾਂ ਵੱਲੋਂ ਕਬੱਡੀ ਪਿਆਰੀ ਕੋਲੋਂ ਤੇ ਕਬੱਡੀ ਬਵੰਜੋ ਕਿਲੇ ਦੀਆਂ ਜਿਹੜੀਆਂ ਤੀਜੇ ਤੇ ਚੌਥੇ ਨੰਬਰ ਦੇ ਟੀਮਾਂ ਆਉਣਗੀਆਂ ਉਹਨਾਂ ਨੂੰ 800 ਰੁਪਇਆ ਦਿੱਤਾ ਜਾਣਾ ਹੈ। ਸਰਦਾਰ ਸੁਖਜਿੰਦਰ ਸਿੰਘ ਬਿੱਲੂ ਸਰਪੰਚ ਦੇ ਭਰਾ ਨੇ ਜੋ ਉਹਨਾਂ ਵੱਲੋਂ ਕਹਿੰਦੇ 800 ਰੁਪਇਆ ਦਿੱਤਾ ਜਾਣਾ ਹੈ। ਬਹੁਤ ਬਹੁਤ ਧੰਨਵਾਦ ਸਰਦਾਰ ਬਲਜੀਤ ਸਿੰਘ ਕਨੇਡਾ ਜਿਹਨਾਂ ਵੱਲੋਂ ਕਹਿੰਦੇ ਐਨ ਤੀਜੇ ਚੌਥੇ ਵਿਸ਼ਿਆਂ ਨੂੰ 800 ਰੁਪਇਆ ਦਿੱਤਾ ਜਾਊਗਾ। ਕਠਾਣੇ ਵਾਲਾ ਨੋਨੀ ਲੈ ਕੇ ਆਇਆ ਵੀ ਜੀ ਕਠਾਣੇ ਵਾਲਾ ਵੀਰੇ ਜਿਹੜੀਆਂ ਵੀ ਸਾਡੇ ਕੋਲ ਟੀਮਾਂ ਐਂਟਰ ਹੋਈਆਂ ਨੇ ਜਾਂ ਉਹਨਾਂ ਨੇ ਕਿਰਾਇਆ ਲੈਣਾ ਤਾਂ ਵੀਰੇ ਪਰਚੀ ਦੇ ਆਪਣੀਆਂ ਸਾਂਭ ਕੇ ਰੱਖਣ ਬਿਨਾਂ ਪਰਚੀ ਤੋਂ ਅਸੀਂ 50 ਰੁਪਏ ਵੀ ਕਿਸੇ ਨੂੰ ਕਿਰਾਇਆ ਨਹੀਂ ਦੇਣਾ। ਜਿਹੜੀ ਟੀਮ ਨੇ ਕਿਰਾਇਆ ਲੈਣਾ ਸਾਡੇ ਕੋਲ ਚਾਹੇ 500 ਕਿਲੋਮੀਟਰ ਤੋਂ ਖੇਡਣ ਆਈ ਆ ਉਹਨਾਂ ਕੋਲ ਪਰਚੀ ਹੋਣੀ ਜ਼ਰੂਰੀ ਆ। ਕਈ ਕਹਿੰਦੇ ਅਸੀਂ ਖਾ ਗਏ, ਕਈ ਕਹਿੰਦੇ ਸਾਡੀ ਗੁੰਮ ਹੋ ਗਈ, ਵੀਰੇ ਪਰਚੀ ਤੋਂ ਬਿਨਾਂ ਕਿਸੇ ਵੀ ਟੀਮ ਨੂੰ ਕਿਰਾਇਆ ਨਹੀਂ ਲੈਣਾ। ਅਨੁਰਾਗ ਪੁਆਇੰਟ ਲੱਖਾਂ ਦਾ ਪੁਆਇੰਟ ਵਾ ਜੀ ਕੋਟ ਗੰਗੂ ਰਹਿ ਦੀ ਟੀਮ ਦੇ ਹੱਕ ਦੇ ਵਿੱਚ ਜੋੜਦਾ ਹੋਇਆ। ਇੱਕ ਮਿੰਟ ਆਪਣੇ ਕਮੈਂਟਰ ਸਾਹਿਬ ਬੋਲਣਾ ਨਹੀਂ ਜੀ ਭੁਪਿੰਦਰ ਸਿੰਘ ਭਗਤ ਆਸਟ੍ਰੇਲੀਆ 61,000 ਰੁਪਇਆ ਕਲੱਬ ਲਈ ਤੇ ਇਸ ਤੋਂ ਬਾਅਦ ਇੱਕ ਮਿੰਟ ਕਲੱਬ ਪਹਿਲਾ ਨਾਮ ਸਰਦਾਰ ਜਗਜੀਤ ਸਿੰਘ ਕੁੰਡਾ ਪ੍ਰਧਾਨ ਸਟਾਫ ਲਈ ਮੋਟਰਸਾਈਕਲ 33,000 ਰੁਪਇਆ ਡਾਕਟਰ ਕੌਰ ਸਿੰਘ ਕੁੰਡਰ ਕਨੇਡਾ 21,000 ਰੁਪਇਆ ਨੀਟਾ ਆਸਟ੍ਰੇਲੀਆ ਸਰਦਾਰ ਜਗਜੀਤ ਸਿੰਘ ਕਨੇਡਾ 5,51,000 ਰੁਪਇਆ ਤਪਿੰਦਰ ਸਿੰਘ ਮਾਘਟ 11,000 ਰੁਪਇਆ ਕਲਵੰਤ ਸਿੰਘ ਭਾਗਟਾ ਭਾਈ ਜੀ 52 ਦਾ ਮੈਚ ਉਧਰ ਕਿਹੜਾ ਹੋਇਆ ਜੀ ਤੇ ਦੂਜੇ ਪਾਸੇ ਡਾਇਆ ਕਲਾ ਜ਼ਿਲ੍ਹੇ ਲੁਧਿਆਣੇ ਦਾ ਬੜਾ ਮਸ਼ਹੂਰ ਪਿੰਡ ਹੈ ਕੋਟ ਗੰਗੂ ਰਾਏ ਜਿਸ ਧਰਤੀ ਦੇ ਕਹਿੰਦੇ ਵੱਡਾ ਮੇਲਾ ਚੱਲ ਰਿਹਾ ਹੈ ਸਾਰੀ ਸੰਗਤ ਦਾ ਇਸ ਮੇਲੇ ਦਾ ਆਨੰਦ ਮਾਣਦੀ ਹੈ ਨਾ ਲੱਤ ਚੱਕੀ ਹੋਈ ਹੈ ਉਧਰਲੇ ਪਾਸੇ ਵੇਖ ਰਿਹਾ ਹੈ ਵੀ ਬਾਲ ਜਿਹੜਾ ਇਹ ਜਾਫੀਆਂ ਦੇ ਕਬੱਡੀ ਯੂਨੀਅਨ ਦੇ ਨਾਲ ਸੁਪਰ ਸਟਾਰ ਖੇਡਦੇ ਹੈ ਉਹ ਕਿਹੜਾ ਪਲੇਅਰ ਨਹੀਂ ਜਿਹੜਾ ਕੋਟ ਦੇ ਵਿੱਚ ਖੇਡਿਆ ਨਾ ਹੋਵੇ ਜਿਹੜਾ ਕੋਟ ਗੰਗੂ ਰਾਏ ਵਿੱਚ ਖੇਡਿਆ ਨਾ ਹੈ ਉਹ ਦੁਨੀਆਂ ਦਾ ਸੁਪਰ ਬਣ ਗਿਆ ਹੈ ਉਹ ਦੁਨੀਆਂ ਦਾ ਟੁਬਰ ਬਣ ਗਿਆ ਹੈ ਉਹ ਦੁਨੀਆਂ ਦੇ ਹਰ ਨਾਵਾਂ ਵਿੱਚ ਆ ਗਿਆ ਹੈ ਪੰਜਾਬੀ ਲੈ ਵਾਲੇ ਸਾਡੇ ਵੀਰ ਆਦੇ ਕਬੱਡੀ ਕਰਦਾ ਲੈ ਲਿਖਾਈ ਜਾ ਰਿਹਾ ਭਾਵੇਂ ਬਜਰੀ ਕਬੱਡੀ ਹੈ ਜਾਂ ਕਬੱਡੀ ਪੈ ਗਈ ਉਧਰਲੇ ਪਾਸੇ ਚਾਰ ਖਿਡਾਰੀ ਮੇਰੇ ਪੰਜਾਬੀ ਵੀਰ ਤਿਆਰ ਤੋਂ ਤਿਆਰ ਵੇਖਦਾ ਵੀ ਕੌਰ ਇੱਕ ਚੋਰ ਸਿੰਘ ਕਿੰਗ ਉਹ ਬਾਹੋ ਕਬਰੂਆ ਨਾ ਕਿ ਉਹਨਾਂ ਵਰਗਾ ਹੋਇਆ ਤੇ ਨਾ ਕਿ ਉਹਨਾਂ ਵਰਗਾ ਹੋਣਾ ਜੁਗਾ ਜਿਵੇਂ ਤੋਂ ਗੱਲਾਂ ਚੱਲਦੀਆਂ ਉਹ ਦਰਵੇਸ਼ਰੀਆਂ ਕੌਣ ਕਰੂਗਾ ਰੀਸਾ ਕੱਲ ਕੀ ਧਰਤ ਸਮੇਸ਼ਰੀ ਹੈ ਲੈ ਪਾਉਣ ਰੇਡਰ ਰਾਏ ਇੰਟਰਨੈਟ ਚਮਕੀਲਾ ਹੈ ਇਹਦਾ ਵੀ ਧੰਨਵਾਦ ਹੈ ਉਧਰਲੇ ਪਾਸੇ ਵੇਖੋ ਉਹ ਪਾਉਣ ਸੁਣਿਆ ਫੜ ਲਿਆ ਟੁੱਟ ਮੱਜੀ ਕੈਂਜੀ ਖਿੱਚਿਆ ਧੂਲ ਲਓ 72 ਦਾ ਕਬੱਡੀ ਕੰਪਟੀਆਂ ਦੇ ਕੋਟ ਦਾ ਹੈ ਗੋਲਡਨ ਪਰਿਵਾਰ ਦਾ ਹੈ ਬਹੁਤ ਵੱਡਾ ਨਾਮ ਮੰਨਿਆ ਜਾਂਦਾ ਹੈ ਹਾਂਜੀ ਪਰਿਵਾਰ ਮੇਰੇ ਵੀਰੋ ਬਾਈ ਜੀ ਬੌਂਦਲੀ ਦੀ ਟੀਮ ਤੇ ਉਟਾਲਾ ਦੀ ਟੀਮ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਡੀ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਵੇਟ ਦਾ ਆਪਣਾ ਵੇਟ ਕਰਵਾ ਲਓ ਜਦ ਲੋਹਾ ਕਰਦਾ ਲੋਹੇ ਨੂੰ ਫਿਰ ਭਾਬੜ ਮੱਚੇ ਅੰਗਿਆਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਛਿੱਤ ਹੁੰਦੀ ਮੁੱਲ ਪੈਂਦਾ ਨੀ ਫੋਕੇ ਲਲਕਾਰਿਆਂ ਦਾ ਉਧਰ ਇੰਟਰਨੈਟ ਚਮਕੀਲ ਆਇਆ ਹੋਇਆ ਨਾ ਵੇਖਣਾ ਵੀ ਇਸ ਵੇਲੇ ਨਵੀਂ ਆਉਂਦੀ ਕਬੱਡੀ ਹੈ ਤਿੰਨ ਖਿਡਾਰੀ ਤਿਆਰ ਤਿੰਨ ਦੇ ਵਿੱਚੋਂ ਕੌਣ
ਸਿੰਘ ਜਾਂ ਕਿਹੜਾ ਕਿਹੜਾ ਕਮਰੂ ਕਹਿੰਦੇ ਧੰਨ 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 ਕਰਵਾਵੇਗਾ। ਹਰਜੀਤ ਸਿੰਘ ਅਤੇ ਗੁਰਮੀਤ ਸਿੰਘ ਯੂਐਸਏ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਹੜੇ ਵੀਰਾਂ ਦੇ ਵੱਲੋਂ ਸਹਿਯੋਗ ਮਿਲ ਰਹੇ ਨੇ, ਐਨ ਆਰ ਆਈ ਵੀਰਾਂ ਦੇ ਵੱਲੋਂ, ਨਗਰ ਵਾਸੀਆਂ ਦੇ ਵੱਲੋਂ, ਸਾਰਿਆਂ ਦਾ, ਪ੍ਰਬੰਧਕ ਕਮੇਟੀ ਦੇ ਵੱਲੋਂ, ਪ੍ਰਧਾਨ ਸਾਹਿਬ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਸਾਡੇ ਵਿੱਚ ਸੁਖਜਿੰਦਰ ਸਿੰਘ ਜੀ ਸਾਬਕਾ ਸਰਪੰਚ, ਸਰਵਿੰਦਰ ਸਿੰਘ ਜੀ ਸਾਬਕਾ ਸਰਪੰਚ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਗੁਰਵੰਦਰੇਵ ਸਿੰਘ ਦੀ ਯਾਦ ਵਿੱਚ ਉਹਨਾਂ ਨੇ ਵੀ 10,000 ਰੁਪਇਆ ਭੇਜਿਆ, ਬਹੁਤ ਬਹੁਤ ਧੰਨਵਾਦ। ਗੁਰਮੀਤ ਸਿੰਘ ਗੀਤੀ ਆਸਟ੍ਰੇਲੀਆ 10,000 ਰੁਪਇਆ, ਜਸਵੰਤ ਸਿੰਘ ਸਨ ਆਫ ਅਰਜਨ ਸਿੰਘ 11,000 ਰੁਪਇਆ, ਅਸ਼ੋਕ ਕੁਮਾਰ ਜੀ ਯੂਐਸਏ ਸਨ ਆਫ ਸਵਰਗਵਾਸੀ ਪੰਡਿਤ ਸਤਪਾਲ ਜੀ 10,000 ਰੁਪਏ, ਭਰਪੂਰ ਸਿੰਘ ਫੌਜੀ ਯੂਐਸਏ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ 11,000 ਰੁਪਇਆ, ਸਾਬਕਾ ਸਰਪੰਚ ਮਲਕੀਤ ਸਿੰਘ ਕਨੇਡਾ 5,500 ਰੁਪਇਆ, ਰੈਲ ਠੇਕੀ ਸਟੋਰ 6,100 ਰੁਪਇਆ, ਹਰਪਾਲ ਸਿੰਘ ਸਾਨਾ ਮੇਵਾ ਸਿੰਘ 6,100 ਰੁਪਇਆ, ਮੈਂਬਰ ਬਲਾਕ ਸੰਮਤੀ ਨੇ ਜੀ ਸਾਡੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਗੇ ਤੋਂ ਇਹੀ ਮੰਗ ਕਰਦੇ ਹਾਂ, ਸਹਾਇਤਾ ਕਰਦੇ ਰਹਿਣ। ਬਾਕੀ ਆ ਜਿਹੜੇ ਮੇਰੇ ਵੀਰਾਂ ਨੇ ਅਰਜ਼ੀਆਂ ਦੇਣੀਆਂ ਨੇ, ਕੁਲਵੀਰ ਸਿੰਘ ਉਮਰ ਯੂਐਸਏ 75 ਕਿੱਲੇ ਹੁਣ ਐਲਸੀਜੀ, ਇਹਨਾਂ ਦਾ ਵੀ ਧੰਨਵਾਦ, ਇਹਨਾਂ ਦਾ ਵੀ ਧੰਨਵਾਦ। ਜਗਰੂਪ ਸਿੰਘ ਯੂਪਾ ਇਹਨਾਂ ਨੇ ਵੀ ਐਲਸੀਜੀ 70 ਕਿੱਲੋ ਦੇ ਰਹੇ ਨੇ, ਧੰਨਵਾਦੀਆਂ। ਗਰਸ਼ਰਮ ਕੁੰਨਰ ਕਨੇਡਾ 12 ਕਿੱਲੋ ਨੂੰ ਐਲਸੀਜੀ, ਧੰਨਵਾਦ ਪੁੱਤਰ ਦਾ। ਸੁੱਖਾ ਗਰੋਂ ਐਲਸੀਜੀ 12 ਕਿੱਲੋ ਨੂੰ ਧੰਨਵਾਦੀਆਂ। ਸਾਡੇ ਸ਼ਾਰਦਾ ਜਹਰ ਨਾਮਧਾਰੀ ਸਾਹਿਬਾਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਵੀ 4 ਸੈਂਕੜਾ ਦਾ ਬਹੁਤ ਸਹਿਯੋਗ ਦਿੱਤਾ ਸਾਡੇ ਲਈ, 42 ਕਿੱਲੋ 52 ਕਿੱਲੋ। ਸੁੱਖਾ ਗਰਾਰੀ ਵੱਲੋਂ ਕੱਲ੍ਹ ਟੈਲੀਫੋਨ ਦਿੱਤੇ ਗਏ ਨੇ, 30 ਕਿੱਲੋ ਨੂੰ ਧੰਨਵਾਦੀਆਂ। ਅਜਮੇਰ ਸਿੰਘ ਬਿੱਟੂ ਕਰਿਆਨਾ ਸਕੂਲਾਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਲਾਈਟਾਂ ਦੀ ਸੇਵਾ ਕੀਤੀ ਆ, ਧੰਨਵਾਦੀਆਂ। ਅਜਮੇਰ ਸਿੰਘ ਬਿੱਟੂ ਕਰਿਆਨਾ ਸਟੋਰ ਵਾਲਿਆਂ ਨੇ ਬਈ ਜਸ਼ਨ ਵੀ ਗਰਾਊਂਡ ਦੇ ਵਿੱਚ ਮੈਚਾਂ ਦੇ ਲਈ ਪੈਰਾਂ ਨੂੰ ਭੇਜ ਦਿਓ, ਜਸ਼ਨ ਬੇਟਾ ਭੇਜ ਦਿਓ, ਉਹਨਾਂ ਨੂੰ ਛੇਤੀ ਤੋਂ ਭੇਜੀ। ਬਾਂਟੀ ਕੁੰਡਰ ਦੁਕਾਨਦਾਰ 1500 ਰੁਪਇਆ, ਬਬਲੂ ਦਿੱਲੀ ਵਾਲੇ ਪ੍ਰਧਾਨ ਦੇ ਮਾਸਟਰ ਜੀ ਨੇ 2100 ਰੁਪਇਆ, ਤਰਨਜੀਤ ਸਿੰਘ 1100 ਰੁਪਇਆ, ਗਿਰਤਾਰ ਸਿੰਘ ਤਾਰਾ 1100 ਗੁਰਚਰਨ ਸਿੰਘ ਚੰਨਾ ਰਣਜੀਤ ਭਾਜੀ ਨੋਟ ਕਰਿਓ, ਬੀ ਗਰਾਊਂਡ ਦੇ ਵਿੱਚ ਜਿਹੜਾ ਮੈਚ ਹੋ ਰਿਹਾ ਮੋਹਾਲੀ ਦਾ ਤੇ ਲੱਖਾ BMS ਦਾ, ਮੋਹਾਲੀ ਵਾਲੇ ਨੇ ਭਾਜੀ ਇਤਰਾਜ਼ ਕੀਤਾ ਤੇ ਸਾਡੇ ਜਿਹੜੇ ਕਮੇਟੀ ਦੇ ਮੈਂਬਰ ਨੇ ਸਾਧੂ ਸਿੰਘ 1100, ਸ਼੍ਰੀ ਰਾਮ ਜੀ ਦਾਸ 1100, ਦਰਸ਼ਨ ਸਿੰਘ ਭੱਟੀ ਡਾਕਟਰ 1100, ਇੰਦਰਜੀਤ ਸਿੰਘ 1100, ਮਲਕੀਤ ਸਿੰਘ 1100, ਬਹਾਦਰ ਫੌਜੀ 1100, ਨਛੱਤਰ ਸਿੰਘ 1100, ਹਰਭਗਤ ਸਿੰਘ ਲਾਡੀ 1100, ਹਰਭਗਤ ਸਿੰਘ ਲਾਡੀ 1100, ਗੁਰਪ੍ਰੀਤ ਸਿੰਘ 1100, ਮਾਸਟਰ ਹਰਭਗਤ ਸਿੰਘ ਐਸ ਸਰਪੰਚ 1100, ਬਰਿਆਮ ਸਿੰਘ 1100, ਸੁਖਚੈਨ ਸਿੰਘ ਲਾਸਟੇ ਆਸਟ੍ਰੇਲੀਆ 1100, ਬਲਵੀਰ ਸਿੰਘ ਪ੍ਰਧਾਨ 1100, ਕਸ਼ਮੀਰ ਸਿੰਘ 1100, ਪਿੰਦਰ ਸਿੰਘ ਘਰਫੜਾ ਵਾਲੇ 1100, ਗੁਆਲ ਸਿੰਘ ਸਟੇਸ਼ਨ 1100, ਜਗਜੀਤ ਸਿੰਘ ਜੱਗੀ ਚਾਰ, ਬਾਗਾ ਸਿੰਘ ਟੱਕਾ ਵਾਲੇ 1100, ਤਾਰਾ ਸਿੰਘ PSU 1100, ਬਲਜਿੰਦਰ ਸਿੰਘ ਗੋਗਾ ਡਬਈ 1100, ਅਮੇਰ ਸਿੰਘ ਪ੍ਰਧਾਨ 1100, ਜਗਜੀਤ ਸਿੰਘ ਪ੍ਰਧਾਨ ਗੁਰਦੁਆਰਾ ਦਸ਼ਮੇਰ ਸਾਹਿਬ 1100, ਜਗਰੇਸ਼ ਸਿੰਘ ਜੱਗੋਪਾਲ 1100, ਜਸਪਾਲ ਸਿੰਘ ਪਾਲ ਟਰੈਕਟਰ ਬੱਸ ਸਾਹਿਬ 1100, ਸ਼੍ਰੀਮਤੀ ਲਕਸ਼ਮੀ ਮਹੰਤ ਜੀ ਡਰਾਹਾ ਵਾਲੇ ਜਿਹੜੇ ਕਿ ਸਾਡੇ ਬੱਚੇ ਪੈਦਾ ਹੋਣ ਤੇ ਖੁਸ਼ੀਆਂ ਮਨਾਉਂਦੇ ਨੇ, ਮਹੰਤ ਜੀ ਉਹਨਾਂ ਨੇ ਵੀ 1100 ਭੇਜਿਆ, ਬਹੁਤ ਬਹੁਤ ਧੰਨਵਾਦ। ਦਰਬਾਰਾ ਸਿੰਘ ਭੱਟੀ 1100, ਤਰਲੋਚਨ ਸਿੰਘ ਗਿੱਲ 1100, ਚਰਨ ਸਿੰਘ ਜੈਰੀ 1100, ਬਲਵੰਤ ਸਿੰਘ ਸੈਂਫਲਪੁਰ ਵਾਲੇ ਇਹਨਾਂ ਦੇ ਵੀ ਸੰਭਾਵੀ ਆ, ਹਰ ਸਾਲ ਦੀ ਤਰ੍ਹਾਂ 1100 ਸਾਨੂੰ ਇਡਲੀ ਜੋ ਭੇਜਦੇ ਨੇ। ਦਰਸ਼ਨ ਸਿੰਘ ਕੁਈ ਪਾਤਾ 1100, ਹਰਨੇਕ ਸਿੰਘ 1100, ਰਣਜੀਤ ਸਿੰਘ ਜੀਤੀ ਰਾਜੇਵਾਲ 1100,
ਪੰਜਾਬ ਰੋਡਵੇ 1100 ਕਾਕਾ ਸਾਹਿਬ ਸਿੰਘ ਗੁੰਦਰ 1100 ਸਾਰੇ ਮੇਰੇ ਵੀਰਾਂ ਦਾ 72ਵੀਆਂ ਮਿੰਨੀ ਲੰਪ ਖੇਡਾਂ ਤੇ ਜਿਹੜੀ ਸਾਨੂੰ ਰਾਸ਼ੀ ਦਿੱਤੀ ਆ ਐਨ ਆਰ ਆਈ ਵੀਰਾਂ ਨੇ ਕੋਟ ਬੰਦੂਰਾ ਦੇ ਨਗਰ ਵਾਸੀਆਂ ਨੇ ਗ੍ਰਾਮ ਪੰਚਾਇਤ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਹਨਾਂ ਦੇ ਰਿਣੀਆਂ ਜੈ ਹੈ ਬਹੁਤ ਮਿਹਰਬਾਨੀ ਜੀ ਲੱਖਾ ਪੀਐਮਐਸ ਤੇ ਮੋਹਣੀ ਦੀਆਂ ਟੀਮਾਂ ਦੇ ਵਿੱਚ ਲੁਧਿਆਣੇ ਦੇ 953 ਮੇਲਾ ਤੇ 953 ਪਿੰਡਾਂ ਦੇ ਵਿੱਚ ਨਾਮ ਹੈ ਕਹਿੰਦੇ ਕੋਟ ਗਗੂਰਾਈ ਦੇ ਮੇਲੇ ਦਾ ਹਾਂ ਦੇਖਣੀ ਪੈਣੀ ਹੈ ਵੀਰੇ ਵੇਲੇ ਹੋ ਮੇਰੇ ਨਾਲ ਤਰੀਕ ਹੋਣੀ ਕਿ ਮੈਚ ਜਿਹੜਾ ਖੇਡਿਆ ਜਾਣਾ ਬਹੁਤ ਵਧੀਆ ਮੈਚ ਹੋਣਾ ਕਬੱਡੀ ਪਿਆਰੀ ਜਿਲੋ ਦਾ 24 ਮੈਂ ਤੈਨੂੰ ਦੇਖ ਕੇ ਦੱਸਦਾ ਬਾਕੀ ਜੁਗਾਪਾਲੀ ਰੇਡ ਇਸ ਵੇਲੇ ਭਾਈ ਬਖਤਾਰ ਵਾਲਾ ਭਾਰੇ ਨੇ ਵੀਰੋ ਕਿ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਕਿ ਲੱਗਿਆ ਰੱਬ ਨੂੰ ਦੇਖੋ ਦੇਖੋ ਕਿ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਤਾਤੀ ਕਿ ਧਾਰੀ ਰਾਮ ਸਿੰਘ ਵਾਲਾ ਤੇ ਜਰਗੜੀ ਇਹ ਟੀਮਾਂ ਗਰਾਊਂਡ ਵਿੱਚ ਆ ਜਾਣ ਲਾਓ ਸਮੇਂ ਰੇਡ ਕੋਟ ਗੱਗੂ ਰਾਏ ਵਾਲਾ ਸਾਹਮਣੇ ਕਹਿੰਦੇ ਚੱਕ ਰਾਮ ਸਿੰਘਪੁਰੇ ਵਾਲਾ ਓਏ ਘੈਂਟੀ ਭੱਜ ਗਈ ਪੱਲੇ 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 ਹੁਣ ਲੱਗੂ ਜੱਫਾ ਲੋਕੀ ਮਾਰਨਗੇ ਧਾਰੀ ਮੁੰਡੇ ਦੇ ਰਹੀ ਬਾਕੀ ਮੈਨੂੰ ਲੱਗਦਾ ਕਹਿੰਦੇ ਜੱਫਾ ਹੁਣ ਲੱਗੇਗਾ ਜ਼ਰੂਰ ਪਰ ਕਹਿੰਦੇ ਉਹ ਗਰਾਊਂਡ ਦੇ ਵਿੱਚ ਆ ਜਾਣ ਚੱਕ ਰਾਮ ਸਿੰਘ ਵਾਲਾ ਤੇ ਜਰਗੜੀ ਬੈਂਕ ਸੁਰਜੀਤ ਸਾਰਾ ਵੀਰ ਆਹੀ ਕਬੱਡੀ ਵਾਲੀ ਰਬਾਰੋ ਤੇ ਡੇਰਾ ਗੋਟ ਭਾਈ ਜਿਹੜਾ ਬੀ ਗਰਾਊਂਡ ਦੇ ਵਿੱਚ ਮੈਚ ਖੇਡਿਆ ਜਾ ਰਿਹਾ ਇਹਦੀ ਆਖਰੀ ਕਬੱਡੀ ਇਹਦੇ ਵਿੱਚ ਏਅਰਪੋਰਟ ਦੇ ਕਟਾਣੀ ਖੁਰਦ ਡੇਰਾ ਗੋਟ ਭਾਈ ਵੱਡਾ ਘਰ ਤੇ ਰੋਲੇ ਬੱਲੋਦ ਰੋੜੀਆਂ ਤੇ ਨਾਨਕਸਰ ਪੱਲਾ ਇਹ ਜਿਹੜੇ ਮੈਚ ਨੇ ਜ਼ਰੂਰ ਨੋਟ ਕਰ ਲੈ ਜਾਣ ਰਣਜੀਤ ਭਾਜੀ ਨੋਟ ਕਰ ਲਿਓ ਜੀ ਡੇਰਾ ਕੋਟ ਭਾਈ ਦੇ 6.5 ਪੁਆਇੰਟ ਠੀਕ ਹੈ ਜੀ ਅਗਲਾ ਹੈਲੋ ਬੇਨਤੀ ਹੈ ਅੱਗੇ ਜਲਦੀ ਤੋਂ ਜਲਦੀ ਬੀ ਗਰਾਊਂਡ ਦੇ ਵਿੱਚ ਆ ਜਾਓ ਵੀ ਖਿਡਾਰੀ ਵੀ ਸ਼ੇਰਪੁਰ ਦੇ ਖਿਡਾਰੀ ਖੁਰਦ ਬੀ ਨੰਬਰ ਚ ਚਲੀ ਆ ਪਰ ਇਧਰੋਂ ਮੈਚ ਕਹਿੰਦੇ ਬੜਾ ਚੋਟੀ ਦਾ ਰੇਡ ਕਹਿੰਦੇ ਨਾਇਨ ਭਾਰੇ ਮੇਰੇ ਵੀਰੋ ਭਾਈ ਬਖਤਾਰ ਦੀ ਧਰਤੀ ਦਾ ਪਰ ਸਾਹਮਣੇ ਕੋਟ ਗੱਗੂ ਰਾਏ ਵਾਲਾ ਹੁਣ ਕਹਿੰਦੇ ਕਰੂ ਕੁਮਾਰ ਬੱਲੇ ਬੱਲੇ ਹੋਏ ਬੱਲੇ 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 ਹੋ ਗਈ ਆ ਸਾਹਮਣੇ ਕਹਿੰਦੇ ਪੁੱਠੀ ਹੋਏ ਪੁੱਠੀ ਮੈਨੂੰ ਲੱਗਦਾ ਪੈਗੀ ਪਰ ਕਹਿੰਦੇ ਮੁੰਡੇ ਨੇ ਇੱਕ ਤਕੜਾ ਕਹਿੰਦੇ ਜੱਫਾ ਲਾਉਣ ਦੀ ਟਰਾਈ ਕੀਤੀ ਆ ਬਾਕੀ ਕਹਿੰਦੇ ਮੁੰਡੇ ਨੇ ਬੱਲੇ ਬੱਲੇ ਕਰਵਾ ਦਈ ਆ ਸ਼ੇਰਪੁਰ ਤੇ ਕਟਾਰੀ ਖੁਰਦ ਉਹ ਕਟਾਣੇ ਵਾਲੇ ਆ ਗਏ ਵੀਰ ਕਿਹੜੀ ਟੀਮ ਆ ਗਈ ਬਈ ਗਰਾਊਂਡ ਦੇ ਵਿੱਚ ਹੋਰ ਟੀਮ ਵਾਲੇ ਸ਼ੇਰਪੁਰ ਵਾਲੇ ਕਿੱਥੇ ਨੇ ਸ਼ੇਰਪੁਰ ਵਾਲੀ ਟੀਮ ਵੀ ਆ ਗਈ ਹੈਗੀ ਕਟਾਣੀ ਵਾਲੀ ਵੀ ਟੀਮ ਆ ਚੁੱਕੀ ਆ ਜ਼ਰੂਰ ਪ੍ਰਾਪਤ ਕਰੋ ਤੇ ਕਟਾਣੀ ਖੁਰਦ ਲਾਓ ਰੇਡ ਬੱਲੇ 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 ਓਏ ਕੀ ਹੋ ਗਿਆ ਕੀ ਤੋ ਕੀ ਗੱਲ ਵਰ ਗਈ ਮੈਨੂੰ ਗੱਲ ਦੀ ਸਮਝ ਆ ਖੇਡਿਆ ਆ ਰਿਹਾ ਲਾਓ ਕਹਿੰਦੇ ਇਸ ਵੇਲੇ ਕੋਟ ਕੋਟ ਗੰਗੂ ਰਾਏ ਵਾਲਾ ਕਹਿੰਦੇ ਰੇਡ ਪਾ ਗਈ ਇੱਕ ਤਕੜਾ ਗਾਲ ਸਾਡਾ ਮੇਰੇ ਗੋਡੀ ਸਮੇਤ ਦੀ ਨੂੰ ਜੋ ਕਿ ਬੜੀ 100 ਰੁਪਏ ਦੇ ਮਾਣ ਹੈ ਉਹ ਜ਼ਰੂਰ ਪ੍ਰਾਪਤ ਕਰ ਲੂ ਰੇਡਰ ਲਾਓ ਸਾਹਮਣੇ ਰੇਡ ਬੱਲੇ ਬੱਲੇ ਓਏ ਤਾੜੀ 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 ਮੱਛੂ ਬਾਕੀ ਕੋਟ ਗੱਗੂ ਰਾਏ ਵਾਲਾ ਕਹਿੰਦੇ ਕਮਾਲ ਓਏ ਗੁੱਟ ਤੋਂ ਫੜ ਕੇ ਮਾਰੇ ਕੈਂਚੀ ਭੇ ਬਚਨਿਆਂ ਦਾ ਕਿ ਖੇਡ ਕਬੱਡੀ ਖੇਡਣਾ ਸ਼ੌਕ ਜਾਤੀ ਦੇ ਲਈ 100 ਰੁਪਇਆ ਆਇਆ ਜਿਹਨੇ ਜੱਫਾ ਲਾਇਆ ਉਹ 100 ਰੁਪਇਆ ਲੱਗ ਪਿਆ ਪਰ ਜਿਹਨੇ ਜੱਫਾ ਲਾਇਆ ਉਹਦਾ 100 ਰੁਪਇਆ ਟੀ ਟੂ ਜੂਕੇ ਬਲਿਓ ਪਰ ਸਾਹਮਣੇ ਕੀ ਓਏ ਇੱਕ ਵਾਰੀ ਫੜ ਲਿਆ ਗਿੱਟਾ ਓਏ ਮੁੜ ਕੇ ਨਾ ਛੱਡਾਂਗੇ ਰੇਡ ਕਹਿੰਦੇ ਇਸ ਵੇਲੇ ਭਾਈ ਬਖਤਾਰ ਵਾਲਾ ਭਾਰੇ ਦੇ ਵੀਰੋ ਤੇ ਜਿੰਨੇ ਜੰਮੇ ਕੋਟ ਗੱਗੂ ਰਾਏ ਵਾਲੇ ਲਾਉਣਗੇ ਜੀ ਦੋਣੀ ਸਾਡੇ ਭਾ ਨਾਲ ਕਹਿੰਦੇ ਕਦਰ ਹੋਣੀ ਵਿੱਚ ਸਪੀਡ ਦੇ ਬੈਠੇ ਆ ਉਹ ਕਹਿੰਦਾ 100 ਰੁਪਇਆ ਦੇਣਾ ਕੋਟ ਗੱਗੂ ਰਾਏ ਵਾਲੇ ਜਿੰਨੇ ਜੱਫੇ ਓਏ ਉੱਨੇ 100 ਪੱਲੇ 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 ਓਏ ਆ ਕੀ ਬਣ ਗਿਆ ਓਏ ਥਾਪੀ ਭੱਜ ਗਈ ਕਿ ਦੁੱਧ ਪੀਤਾ ਪੂਰੀਆਂ ਵਾਲਾ ਓਏ ਕੇਜੇ ਕਰਨੈਲ ਸਿੰਘ ਜੀ ਟਰੱਕਾਂ ਵਾਲੇ ਅਤੇ ਭਾਈ ਅਮਰੀਕ ਸਿੰਘ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ 35 ਸਾਲ ਤੋਂ ਲਗਾਤਾਰ ਲੰਗਰਾਂ ਦੀ ਸੇਵਾ ਕਰਦੇ ਆ ਰਹੇ ਨੇ ਇਹਨਾਂ ਦੇ ਧਰਵਾਸੀਆਂ ਅਤੇ ਰਿਣੀਆਂ
ਲਓ ਸਾਹਮਣੇ ਕਹਿੰਦੇ ਇੱਕ ਪਾਸੇ ਦਵਿੰਦਰ ਹੈ ਜਰਗੜੀ ਵਾਲਾ ਤੇ ਨਾਲ ਕਹਿੰਦੇ ਜਰਗੜੀ ਵਾਲਾ ਸੁਨੀਪ ਵਾਲੇ ਰੇਡ ਨਾਲ ਜਾਂਦੀ ਪੈ ਗਈ ਤੇ ਆ ਸੁਨੀ ਹੋਏ ਜਰਗੜੀ ਵਾਲਾ ਇਸ ਵੇਲੇ ਗੱਗੀ ਦੇ ਪਿੰਡ ਵਾਲਾ ਲਾਊ ਤਗੜਾ ਜੱਪਾ ਬਾਕੀ ਦੁਨੀਆਂ ਨਜ਼ਾਰਾ 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 ਹੋਏ ਬਾਕੀ ਬੱਲੇ 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 ਜਰਗੜੀ ਵਾਲੀ ਪੈ ਗਈ ਸਿਖਲੀ ਸਾਹਮਣੇ ਕਹਿੰਦੇ ਦੋਹਾਂ ਚੋਂ ਟੱਜ ਨੀ ਹੋਇਆ ਸਮਾਂ ਲੰਘਦਾ ਜਾਂਦਾ ਲਓ ਮੱਲੇ ਮੱਲੇ ਉਧਰ ਵੀ ਜੱਫਾ ਪਰ ਇਧਰ ਟਾਈ ਤੇ ਜਰਗੜੀ ਦੇ ਲਈ ਪੜਨਾ ਕਰੂ ਕਮਾਲ ਇਸ ਵੇਲੇ ਰੇਡ ਪਈ ਹੋਈ ਹੈ ਲਾ ਫੇਰ ਜਰਗੜੀ ਵਾਲਾ ਲਾ ਲਾ ਕੇ ਮਾਰਦਾ ਮੁੰਡਾ ਚੱਕ ਰਾਮ ਸਿੰਘ ਵਾਲੀ ਦੀ ਧਰਤੀ ਦਾ ਹੋਏ ਪਰ ਖਾਲਸਾ ਦੀ ਟੀਮ ਆ ਗਈ ਹੈ ਮਾਰਕੀ ਦੀ ਟੀਮ ਨੂੰ ਮੇਰੀ ਬੇਨਤੀ ਹੈ ਉਹ ਟੀਵੀ ਗਰਾਊਂਡ ਦੇ ਆਗੇ ਆਵੇ ਮਾਰਕੀ ਦੇ ਖਾਲਸਾ ਲਓ ਸਾਹਮਣੇ ਇਸ ਵੇਲੇ ਰੇਡ ਪੈ ਰਹੀ ਹੈ ਮੇਰੀ ਵੀਰੋ ਇਹ ਜਰਗੜੀ ਵਾਲਾ ਨਾਲੀਆਂ ਕਹਿੰਦੀ ਇਸ ਵੇਲੇ ਨਿੱਪੇ ਦਾ ਪਿੰਡੂ ਜੰਪ ਦਾ ਪਿੰਡੂ ਰੇਡ ਪਾ ਰਿਹਾ ਹੈ ਸਾਹਮਣੇ ਚੱਕ ਰਾਮ ਸਿੰਘ ਵਾਲੀ ਦੀ ਟੀਮ ਦਾ ਖਿਡਾਰੀ ਹੁਣ ਕਰਦਾ ਕੋਸ਼ਿਸ਼ ਹੈ ਬਾਕੀ ਜੱਫਾ ਲੱਗੂ ਬਾਕੀ ਕਹਿੰਦੇ ਦੁਨੀਆਂ ਤਾਰੂ ਮਿਲੂਗੀ ਗੱਲਾਂ ਕਹਿੰਦੇ ਹੋਣਗੀਆਂ ਮੇਰੇ ਵੀਰੋ ਲਾਓ ਇਸ ਵੇਲੇ ਕਹਿੰਦੇ ਤਗੜੀ 23 ਪੁਆਇੰਟ ਜਿਹੜਾ ਜਾਫੀ ਦੇ ਵੀ ਜੁੜਦਾ ਆ ਰਿਹਾ ਸਾਡੇ ਕੋਲੇ ਪਹੁੰਚ ਚੁੱਕੀਆਂ ਨੇ ਜਮਾਲਪੁਰ ਦੇ ਸਲਾਮੀ ਸਾਹਿਬ ਨੂੰ ਬੇਨਤੀ ਆ ਕੇ ਵੀ ਨੰਬਰ ਗਰਾਊਂਡ ਦਾ ਵੀਰ ਖਿਡਾਰੀ ਬਾਜੀ ਰੇਡ ਦੇ ਚੱਲਿਆ ਤਿੰਨ ਖਿਡਾਰੀ ਨਵੇਂ ਪਿੰਡ ਦੀ ਟੀਮ ਨੇ ਜਾਫੀ ਖੜੇ ਨੇ ਦੇਖਦੇ ਆ ਵੀ ਪੈਚਾ ਕਿਹਦੇ ਨਾਲ ਪੈਂਦਾ ਕਿਹੜਾ ਟੱਚ ਕਰਦਾ ਤੇ ਕਿਹੜਾ ਗਿੱਟਾ ਫੜਦਾ ਪੁਆਇੰਟ ਕੋਟ ਗੰਗੂ ਰਹੇਗਾ ਇੱਕ ਨੰਬਰ ਦੇ ਵਿੱਚ ਨੂੰ ਬੋਪਾ ਰਾਏ ਬੋਪਾ ਰਾਏ ਰਣਜੀਤ ਬਾਈ ਰਣਜੀਤ ਜੀ ਹੋਣਗੇ ਮੇਰੇ ਮੁੰਡਿਆ ਬੋਪਾ ਰਾਏ ਜਮਾਲਪੁਰ ਇੱਕ ਟੀਮ ਗਰਾਊਂਡ ਚ ਹੈ ਸਲਾਬੀ ਦੀ ਤੇ ਜਮਾਲਪੁਰ ਦੇ ਪਲੇਅਰ ਜਲਦੀ ਆ ਜਾਣ ਜਮਾਲਪੁਰ ਨਵੇਂ ਖਿਡਾਰੀਆਂ ਦੇ ਵਿੱਚੋਂ ਬੜੀ ਮਿਹਨਤ ਕੀਤੀ ਆ ਮੁੰਨੇ ਪੁਆਇੰਟ ਕੋਟ ਗੰਗੂਰੇ ਦੀ ਟੀਮ ਦੇ ਖੇਡੇ ਹੈ ਤਾਂ ਨਵੇਂ ਭਿੰਡੀਆਂ ਰੇਡ ਪਾ ਰਹੇ ਹੈ ਉਧਰਲੇ ਪਾਸੇ ਕੋਟ ਵਾਲਾ ਪਿੰਦਰੀ ਦੇ ਪਿੰਡ ਦਾ ਸੋਨੂ ਦੇ ਕਹਿੰਦੇ ਕਬੱਡੀ ਦੇ ਪਾਰਸ ਨਾ ਵੇਖੋ ਉਸਲੇ ਕੋਟ ਵਾਲਾ ਲਓ ਵੱਜਦੇ ਪੰਪ ਕਬੱਡੀ 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 ਦਾ ਕੋਟ ਵਾਲਿਆ ਉਹ ਜਿਹਨੇ ਜੱਫਾ ਨਾ ਨਾ ਲਾਈਏ ਉਹਨਾਂ ਕਦੇ ਹੋ ਨਹੀਂ ਸਕਦਾ ਕਿਉਂਕਿ ਮਿੰਨੀ ਲੱਗ ਪਸੀਆਂ ਖੇਡਾਂ ਦੇ ਨਾਲ ਜਾਣਿਆ ਜਾਂਦਾ ਵਾ ਜੀ ਕੋਟ ਗੰਗੂ ਦਾ ਮੋਹਾਲੀ ਸਾਰੀ ਟੀਮ ਬੜੇ ਵਧੀਆ ਤਰੀਕੇ ਨਾਲ ਤਿਆਰੀ ਕਰਕੇ ਆਈ ਹੈ ਤੇ ਅਸੀਂ ਫਿਰ ਨੌਜਵਾਨ ਕੋਟ ਗੰਗੂ ਦਾ ਜੀ ਧਰਤੀ ਦਾ ਜੰਪ ਖੇਡਦੇ ਆ ਜੀ ਨਵੇਂ ਪਿੰਡ ਦੀ ਟੀਮ ਦੇ ਤਿੰਨ ਖਿਡਾਰੀ ਭਾਈ ਜਮਾਲਪੁਰ ਦੀ ਟੀਮ ਆ ਗਈ ਜਮਾਲਪੁਰ ਜਿਹੜੀਆਂ ਟੀਮਾਂ ਦੇ ਮੈਚ ਹੋਣਗੇ ਤੁਹਾਨੂੰ ਲਿਸਟ ਦੇ ਦਿਓ ਟੀਮ ਗਰਾਊਂਡ ਦੇ ਵਿੱਚ ਭਾਈ ਜੀ ਇੱਕ ਨੰਬਰ ਗਰਾਊਂਡ ਦੀ ਲਿਸਟ ਵੀ ਭੇਜ ਦਿਓ ਨਵੇਂ ਤਿੰਨ ਖਿਡਾਰੀ ਬਹਿ ਗਿਆ ਵੀ ਸੋਹਣੇ ਸੱਜਣਾ ਦੇ ਨਾਲ ਦੇਖ ਰਿਹਾ ਵੀ ਹੁਣ ਪਲਾਨ ਕਿੱਧਰ ਜਾਣਾ ਜੀ ਕਿੰਨੇ ਪੈਸੇ ਚੁੱਕੇ ਨੇ ਮੈਨੂੰ ਦੱਸੋ ਮੋਟਰਸਾਈਕਲ ਜੇਤੂ ਟੀਮ ਨੂੰ ਤੇ ਇੱਕ ਮੋਟਰਸਾਈਕਲ ਕਹਿੰਦੇ ਜਿਹੜੀ ਟੀਮ ਆ ਜਿਹੜਾ ਵੀਰ ਵੀ ਉਹ ਝੱਡੀ ਦੀ ਕੁਸ਼ਤੀ ਜਿੱਤੇਗਾ
ਉਹ ਵੀ ਮੋਟਰਸਾਈਕਲ ਹੋਵੇਗਾ। ਇਹ ਗੱਲਾਂ ਹੋਰ ਗਈਆਂ 18 17 ਤੇ 16 ਤੇ 15 ਟਿੱਬੇ ਦੇ ਕਬੱਡੀ ਕੱਪ ਦੀਆਂ। ਬਵਾਰੀ ਤੇ ਗਹਿਲੇ ਰਾਮਪੁਰ ਬੀ ਤੇ ਹੰਡਾਇਆ ਬਵਾਰੀ ਤੇ ਬਈਆ ਦੋ ਗੇੜੀ ਲਿਖਤਾ ਬਵਾਣੀ ਖੇਲੇ ਤਾਂ ਕੋਈ ਨੀ ਮੈਂ ਤਾਂ ਕਹਿਣਾ ਨਹੀਂ ਬਾਈ ਫਿਰ ਭੁਲੇਖਾ ਪੈ ਜਾਂਦਾ ਗੱਲ ਇੱਕ ਨੰਬਰ ਗਰਾਊਂਡ ਚ ਕਰਾਉਣੇ ਮੈਂ ਵੀਰੇ ਬੀਜ ਵੀ ਕਰਾਉਣਾ ਇੱਕ ਚ ਵੀ ਕਰਾਉਣਾ ਹੁਣ ਉਹਨਾਂ ਕੋਲ 62 ਕਲਾ ਤੋਂ ਬਾਅਦ ਸ਼ੁਰੂ ਕਰਨੀ ਆ 52 ਦੀ ਮੈਚ ਨੀ ਆਉਣਾ ਉਹਨਾਂ ਕੋਲ ਨੋਨੀ ਆਨੰਦਪੁਰ ਚ ਤਕਲੀਫ ਆਈ ਹਾਂਜੀ ਵੀਰੇ ਸੈਮੀਫਾਈਨਲ ਮੈਚ ਏ ਗਰਾਊਂਡ ਚ ਕਰਾਇਆ ਦੋ ਬਾਈ ਸਾਈਡ ਇੰਡੀਆ ਟੀਮ ਆਊਟ ਗਰਾਊਂਡ ਚ ਸਤੋਵਾਲ